जसटीवी देख रहे हो तुसी, मैं केपी सिंह टू द पॉइंट वे तुहाडा सब का स्वागत करता। किसानां दे खिलाफ मंदी शब्दावली का इस्तेमाल बहुत बार हो रहा है, तो हुण ये बयान पंजाब तो आया। पंजाब दे विच भाजपा दे विच नवें शामिल होए हरिंदर सिंह कालो ने कहा कि मेरे घर गोहा सुट्टन वाले मंजी अते चिट्टी चादर नाल ले आयो, जिसने ट्राली लैके आना उस मंजी ते लम्मा पा के भेजांगा, ये उन्होंने कहा। एक उन्होंने होर किया है तो मोदी साहब बैठे ने उत्थे जिहड़े तुहाडे नाल प्यार करी जांदे ने, जे बदकिस्मती नाल मेरे वर्गा बंदा उत्थे बैठा हुंदा तां हुण तक तुहाडे डांगा मार मार के जेलां च बंद कर दिंदा। इहनां दा इही हल है ते आखिर इही करना पैणा, ये उन्होंने बयान है। इन बिन तुहानूं सुनाया है तो उन्होंने कहा कि मोदी साहब बैठे ने उत्थे जिहड़े तुहाडे नाल प्यार करी जांदे आ। असीं इक्को सवाल पुछना कि मोदी नूं किसानां नाल प्यार है? ਜੇ ਬਦਕਿਸਮਤੀ ਨਾਲ ਮੇਰੇ ਦਿਮਾਗ ਨੇ ਉੱਤੇ ਬੰਦਾ ਬੈਠਾ ਹੈ ਤਾਂ ਹੁਣ ਤਾਂ ਸਾਡੇ ਮਾਰ ਮਾਰ ਕੇ ਡਾਂਗਾ ਮਰ ਜੇ ਨਾ ਬੰਦ ਕਰ। ਇਹਨਾਂ ਦਾ ਹੱਲ ਇਹੀ ਹੈ ਔਰ ਅਖੀਰ ਇਹੀ ਕਰਨਾ ਪੈਣਾ ਆਪਾਂ। ਪਹਿਲਾਂ ਬਿਆਨ ਸੁਣ ਲਈਏ, ਕਾਲੋ ਸਾਹਿਬ ਕਹਿ ਕੀ ਰਹੇ ਆ, ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਾਂਗੇ। ਮੈਂ ਕਹਾਂ ਵੇਖ ਲਓ ਤੁਹਾਡੀ ਮਰਜ਼ੀ ਆ, ਤੁਹਾਡਾ ਨਾਂ ਜੀ ਨਾ। ਮੈਂ ਕਹਾਂ ਇਹ ਤਾਂ ਮੋਦੀ ਸਾਹਿਬ ਬੈਠੇ ਆ ਉੱਤੇ ਜਿਹੜੇ ਤੁਹਾਡੇ ਨਾਲ ਪਿਆਰ ਕਰੀ ਜਾਂਦੇ ਆ, ਜੇ ਬਦਕਿਸਮਤੀ ਨਾਲ ਮੇਰੇ ਦਿਮਾਗ ਨੇ ਉੱਤੇ ਬੰਦਾ ਬੈਠਾ ਹੈ ਤਾਂ ਹੁਣ ਤਾਂ ਸਾਡੇ ਮਾਰ ਮਾਰ ਕੇ ਡਾਂਗਾ ਮਰ ਜੇ ਨਾ ਬੰਦ ਕਰ। ਇਹਨਾਂ ਦਾ ਹੱਲ ਇਹੀ ਹੈ ਔਰ ਅਖੀਰ ਇਹੀ ਕਰਨਾ ਪੈਣਾ ਆਪਾਂ। ਜਦੋਂ ਅਸੀਂ ਜੁਆਇਨ ਕੀਤੇ ਆ, ਮੈਨੂੰ ਨਹੀਂ ਪਤਾ ਕਿ ਸੱਜਣ ਦਾ ਇੱਕ ਦਾ ਫੋਨ ਆ ਗਿਆ ਕਿ ਕਾਲਾ ਸਾਹਿਬ ਅਸੀਂ ਗੋਹੇ ਦੀ ਟਰਾਲੀ ਭਰੀ ਹੈ। ਮੈਂ ਕਿਹਾ ਫੇਰ ਬਈ ਅੱਗੇ ਤੁਹਾਡੇ ਮੂੰਹ ਅੱਗੇ ਲਾਉਣ ਆਉਣਾ। ਮੈਂ ਕਿਹਾ ਵੈਲਕਮ ਆ ਜਾਓ। ਮੈਂ ਕਿਹਾ ਇੱਕ ਕੰਮ ਕਰਿਓ ਅੱਗੇ ਕੀ ਜੀ। ਮੈਂ ਕਿਹਾ ਇੱਕ ਮੰਜੀ ਤੇ ਚਿੱਟੀ ਚਾਦਰ ਨਾਲ ਲੈ ਆਇਓ। ਉਹ ਕਹਿੰਦਾ ਜੀ ਉਹ ਕਾਹਦੇ ਲਈ? ਮੈਂ ਕਿਹਾ ਜਿੰਨੀ ਟਰਾਲੀ ਲੈ ਕੇ ਆਉਣਾ ਨਾ, ਉਹਨੂੰ ਉਸ ਮੰਜੀ ਤੇ ਲੰਮਾ ਪੈ ਕੇ ਜਾਣਾ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਾਂਗੇ ਕਿ ਕਿਸਾਨਾਂ ਨੂੰ ਕੁੱਟਣ ਵਾਲੀ ਸਿਆਸੀ ਮਾਨਸਿਕਤਾ ਦਾ ਅਸਲ ਮਕਸਦ ਕੀ ਹੈ। ਇਸੇ ਬਿਆਨ 'ਤੇ ਬਹਿਸ ਹੋਵੇਗੀ। ਪੈਨਲ ਸਾਡਾ ਮੌਜੂਦ ਆ, ਉਹਨਾਂ ਤੁਹਾਡਾ ਤਾਰੁਫ ਕਰਾ ਰਹੇ ਹਾਂ। ਪਹਿਲਾਂ ਮਿਸਟਰ ਕਾਲੋ ਬਾਰੇ ਦੱਸ ਦਈਏ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਾਲੇ ਜੁੜੇ ਰਹੇ ਆ, ਕਨਵੀਨਰ ਰਹੇ ਆ ਉਹਨਾਂ ਦੇ, ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ ਆ, ਟਕਸਾਲੀਆਂ ਨਾਲ ਜੁੜੇ ਰਹੇ ਆ, ਅਧਿਆਪਕ ਰਹੇ ਆ ਅਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਜੁਆਇਨ ਕੀਤਾ ਅਤੇ ਇਹਨਾਂ 'ਤੇ ਬਹੁਤ ਸਾਰੇ ਸਵਾਲ ਉੱਠੇ ਆ ਅਤੇ ਇਹਨਾਂ ਬਾਰੇ ਬੜਾ ਕੁਛ ਅਖਬਾਰਾਂ ਵਿੱਚ ਉਦੋਂ ਵੀ ਛਪਿਆ ਸੀਗਾ ਜਦੋਂ ਇਹਨਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ ਸੀਗਾ। ਪੈਨਲ ਜਿਹੜਾ ਸਾਡੇ ਨਾਲ ਆ ਉਹਨਾਂ ਦਾ ਤਾਰੁਫ ਕਰਾਉਣਾ ਅਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਦੇ। ਕੁਲਦੀਪ ਸਿੰਘ ਧਾਲੀਵਾਲ, ਇਹਨਾਂ ਲਈ ਬਹੁਤ ਔਖਾ ਵਿਸ਼ਾ ਹੈ ਆਪਦੀ ਪਾਰਟੀ ਨੂੰ ਡਿਫੈਂਡ ਕਰਨਾ ਅਤੇ ਬੀਜੇਪੀ ਸਪੋਕਸਪਰਸਨ ਹੈ। ਕੁਲਦੀਪ ਸਿੰਘ ਧਾਲੀਵਾਲ ਤੁਹਾਡਾ ਬਹੁਤ ਸਵਾਗਤ ਹੈ। ਸੁਰਜੀਤ ਸਿੰਘ ਸਵੈਚ, ਕਾਂਗਰਸ ਸਪੋਕਸਪਰਸਨ ਹੈ, ਸਵੈਚ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਨਾਲ ਖੁਦ ਵਕੀਲ ਵੀ ਨੇ, ਅਰਸ਼ਜੀਤ ਸਿੰਘ ਕਲੇਰ, ਸ਼੍ਰੋਮਣੀ ਅਕਾਲੀ ਦਲ ਸਪੋਕਸਪਰਸਨ ਹੈ, ਨਾਲ ਇਹ ਵੀ ਖੁਦ ਵਕੀਲ ਹੈ। ਪ੍ਰੈਸ ਮਨਜੀਤ ਸਿੰਘ ਪੋਲੀਟਿਕਲ ਐਨਲਿਸਟ ਨੇ ਅਤੇ ਕਿਸਾਨਾਂ ਦਾ ਪੱਖ ਵੀ ਇਹ ਨਾਲ ਹੀ ਦੱਸਣਗੇ। ਪ੍ਰੈਸ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਕੁਲਦੀਪ ਸਿੰਘ ਧਾਲੀਵਾਲ, ਵੈਸੇ ਪਾਰਟੀ ਇਹ ਕਹੂਗੀ ਬਿਆਨ ਤੋਂ ਅਸੀਂ ਕਿਨਾਰਾ ਕਰਦੇ ਹਾਂ, ਇਸ ਬਿਆਨ ਨੂੰ ਖਾਰਜ ਕਰਦੇ ਹਾਂ, ਉਸ ਸਵਾਲ 'ਤੇ ਨਹੀਂ ਮੈਂ ਆ ਰਿਹਾ। ਮੈਂ ਸਵਾਲ ਇਹ ਕਰ ਰਿਹਾ, ਕਿਸਾਨਾਂ ਨੂੰ ਕੁੱਟਣ ਦਾ ਪਲਾਨ ਕਿੱਥੋਂ ਲੈ ਕੇ ਆਇਆ ਕਾਲੋ ਸਾਹਿਬ? ਧਾਲੀਵਾਲ ਸਾਹਿਬ ਕੇਪੀ, ਦੇਖੋ ਸਭ ਤੋਂ ਪਹਿਲਾਂ ਇਹ ਹੈ ਕਿ ਕਾਲੋ ਸਾਹਿਬ ਬੁਲਾਰੇ ਨਹੀਂ ਹੈਗੇ ਪਾਰਟੀ ਤੋਂ। ਮੈਂ ਵੈਸੇ ਇੱਕ ਮਿੰਟ ਧਾਲੀਵਾਲ ਸਾਹਿਬ, ਮੈਂ ਵੈਸੇ ਉਹਨਾਂ ਨੂੰ ਸ਼ਬਦ ਬੁਲਾਰਾ ਵਰਤਿਆ ਨੀਗਾ, ਪਰ ਤੁਹਾਡੀ ਵੈਬਸਾਈਟ 'ਤੇ ਹਜੇ ਵੀ ਉਹਨਾਂ ਨੂੰ ਬੁਲਾਰਾ ਸ਼ਬਦ ਲਿਖਿਆ ਹੋਇਆ। ਆਪਦੀ ਵੈਬਸਾਈਟ ਚੈੱਕ ਕਰ ਲਈਓ, ਉਹ ਕਰੈਕਟ ਕਰ ਲਈਓ, ਉਦੋਂ ਮੈਨੂੰ ਕਰੈਕਟ ਕਰ ਦਿਓ। ਧਾਲੀਵਾਲ ਸਾਹਿਬ ਆ ਪਿਆ ਤੁਹਾਡੀ ਵੈਬਸਾਈਟ 'ਤੇ ਆ ਪਿਆ ਹੋਇਆ, ਮੈਂ ਇਸ ਲਈ ਨਾਲ ਲੈ ਕੇ ਬੈਠਾ ਹੋਇਆ। ਮੈਨੂੰ ਪਤਾ ਸੀ ਤੁਸੀਂ ਬੁਲਾਰੇ ਤੋਂ ਵੀ ਹੁਣ ਭੱਜੋਗੇ ਕਿ ਬੁਲਾਰੇ ਨਹੀਂ ਹੈਗੇ ਸਾਡੇ, ਤੁਹਾਡੀ ਵੈਬਸਾਈਟ 'ਤੇ ਪਿਆ ਸਰ। ਬੋਲੋ ਧਾਲੀਵਾਲ ਸਾਹਿਬ, ਇਹਨੂੰ ਪੂਰੀ ਕਰ ਲੈਣੇ, ਬੁਲਾਰੇ ਨਹੀਂ ਹੈਗੇ ਪਾਰਟੀ ਦੇ। ਔਰ ਦੂਸਰੀ ਗੱਲ ਜਿਹੜੀ ਹੈਗੀ ਹੈ, ਉਹਨਾਂ ਨੇ ਇੱਕ ਮਿੰਟ, ਕੁਲਦੀਪ ਸਿੰਘ ਧਾਲੀਵਾਲ, ਆਪਾਂ ਡਿਬੇਟ ਇਸ ਤੋਂ ਬਾਅਦ ਹੀ ਸ਼ੁਰੂ ਕਰਾਂਗੇ। ਪਹਿਲਾਂ ਮੈਨੂੰ ਦੱਸੋ, ਬੁਲਾਰੇ ਨੂੰ ਲਾਇਆ ਸੀਗਾ ਜਾਂ ਨਹੀਂ ਲਾਇਆ ਸੀ? ਬੁਲਾਰੇ ਨੀ ਹੈਗੇ, ਮੈਂ ਤਾਂ ਇਹੀ ਪੁੱਛ ਰਿਹਾ ਬੁਲਾਰਾ ਨੂੰ ਲਾਇਆ ਸੀ ਜਾਂ ਨਹੀਂ। ਦੇਖੋ ਮੈਂ ਤੁਹਾਨੂੰ ਦੱਸਤਾ ਕਿ ਉਹ ਬੁਲਾਰੇ ਨੀ ਹੈਗੇ। ਬੁਲਾਰਾ ਨੂੰ ਲਾਇਆ ਸੀ ਜਾਂ ਨਹੀਂ ਲਾਇਆ ਸੀ? ਲਾਇਆ ਸੀ ਜਾਂ ਨਹੀਂ ਲਾਇਆ ਸੀ ਇਹ ਦੱਸ ਦਿਓ ਪਲੀਜ਼। ਬੁਲਾਰ ਨਹੀਂ ਹੈਗੇ ਪਾਰਟੀ ਦੇ ਇਸ ਵਕਤ। ਮੈਂ ਤੁਹਾਨੂੰ ਗੱਲ ਦੱਸਤੀ ਜਿਹੜੀ, ਉਸ ਗੱਲ ਤੇ ਗੱਲ ਕਰੋ ਕਿ ਉਹ ਬੁਲਾਰੇ ਨਹੀਂ ਹੈਗੇ, ਆਪਦੇ ਲੋਕਾਂ ਦੇ ਵਿੱਚ ਇਕੱਠ 'ਚ ਗੱਲ ਕਰ ਰਹੇ। ਜਿਹੜੀ ਗੱਲ ਕੀਤੀ ਅਫਸੋਸਜਨਕ ਹੈ, ਨਹੀਂ ਕਰਨੀ ਚਾਹੀਦੀ ਏਦਾਂ ਦੀ ਗੱਲ। ਔਰ ਉਹਨਾਂ ਨੇ ਜਿਹੜੀ ਦੂਜੀ ਗੱਲ ਜਿਹੜੀ ਉਹ ਗੱਲ ਕਰ ਰਹੇ ਆ, ਉਹ ਆਡੀਅੰਸ ਰਿਸਪੋਂਡ ਕਰ ਰਹੀ ਹੈ।
ਜਿਹੜੀ ਉਹਨਾਂ ਦੀ ਆਡੀਅੰਸ ਉਹਨਾਂ ਕੋਲੇ ਬੈਠੀ ਹੈ ਉਹ ਸਾਨੂੰ ਉਸ ਚੀਜ਼ ਨੂੰ ਦੇਖਣਾ ਚਾਹੀਦਾ ਹੈ ਕਿ ਇੱਕ ਵਰਗ ਪੰਜਾਬ ਦੇ ਵਿੱਚ ਇਦਾਂ ਦਾ ਵੀ ਹੈਗਾ ਜਿਹੜਾ ਨਿੱਤ ਦੇ ਧਰਨਿਆਂ ਤੋਂ ਅੱਕਿਆ ਪਿਆ ਤੋ ਹੋ ਸਕਦਾ ਹੈ ਉਸ ਦੀ ਆਵਾਜ਼ ਹੋਵੇ ਤੋ ਸਾਨੂੰ ਇਹ ਸਾਰੇ ਪੱਖਾਂ ਨੂੰ ਦੇਖ ਕੇ ਗੱਲ ਕਰਨੀ ਚਾਹੀਦੀ ਹੈ ਜਿਹੜੀ ਵੀ ਹੈਗੀ ਹੈ ਕਿਸਾਨਾਂ ਦੇ ਨਾਲ ਪਾਰਟੀ ਖੜੀ ਆ ਔਰ ਅਸੀਂ ਤਾਂ ਪਹਿਲੇ ਦਿਨ ਹੀ ਆਪਦਾ ਸਟੈਂਡ ਸਪਸ਼ਟ ਕਰਤਾ ਸੀ ਖੇਤੀਬਾੜੀ ਮੰਤਰੀ ਜੀ ਨੇ ਕਿ ਅਸੀਂ ਸਿਰਫ ਕਾਨੂੰਨ ਵਾਪਸੀ ਨਹੀਂ ਕਰਨਾ ਚਾਹੁੰਦੇ ਬਾਕੀ ਸਾਰੀਆਂ ਮੰਗਾਂ ਤੁਹਾਡੀਆਂ ਮੰਗਾਂ ਨੂੰ ਤਿਆਰ ਹੈ ਜਿਹੜੀਆਂ ਵੀ ਤੁਹਾਡੀਆਂ ਮੰਗਾਂ ਉਹਨਾਂ ਤੇ ਆਓ ਬੈਠ ਕੇ ਗੱਲ ਕਰਦੇ ਆ ਕੋਈ ਗੱਲ ਹੀ ਨਹੀਂ ਹੈਗੀ ਉਸ ਵਿਸ਼ੇ ਤੇ ਤਾਂ ਪਰ ਜਿਹੜੇ ਰੋਜ਼ ਦੇ ਧਰਨੇ ਲੱਗਦੇ ਆ ਉਹਦੇ ਤੋਂ ਇਕੱਲੇ ਲੋਕ ਹੀ ਨਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਿਆਨ ਦਿੱਤਾ ਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਔਰ ਜਿਹੜੀ ਅਕਾਲੀ ਦਲ ਦੇ ਵਿੱਚ ਪੈਨਲਿਸਟ ਨੇ ਆਪਣੇ ਨਾਲ ਅਕਾਲੀ ਦਲ ਵੀ ਕੱਲ ਪਰਸੋਂ ਦਾ ਸਾਰੇ ਸੋਸ਼ਲ ਮੀਡੀਆ ਤੇ ਲੱਗਿਆ ਪਿਆ ਕਿ ਇਹ ਜਿਹੜਾ ਕੰਮ ਹੈ ਉਹ ਗਲਤ ਹੋ ਰਿਹਾ ਹੈ ਉਸ ਪਾਸੇ ਨੂੰ ਸਾਨੂੰ ਜਾਣਾ ਚਾਹੀਦਾ ਔਰ ਮੈਂ ਜਿਹੜੀ ਗੱਲ ਕੀਤੀ ਪਬਲਿਕ ਰਿਸਪੌਂਡ ਦੀ ਉਹਦੇ ਵੱਲ ਨੂੰ ਮੀਡੀਆ ਜ਼ਰੂਰ ਧਿਆਨ ਦੇਵੇ ਚਲੋ ਮੈਂ ਪਬਲਿਕ ਸਾਹਮਣੇ ਪਬਲਿਕ ਠੀਕ ਠੀਕ ਹੈ ਮੈਂ ਪਬਲਿਕ ਰਿਸਪੌਂਡ ਵਾਲਾ ਤੁਹਾਡਾ ਸਵਾਲ ਵੀ ਲੈ ਲੂੰਗਾ ਕੁਲਦੀਪ ਸਿੰਘ ਧਾਲੀਵਾਲ ਮੈਂ ਇੱਕ ਸਿੰਪਲ ਸਵਾਲ ਕੀਤਾ ਸੀ ਤੁਹਾਨੂੰ ਉਹਨਾਂ ਨੂੰ ਬੁਲਾਰੇ ਕਦੇ ਲਾਇਆ ਗਿਆ ਸੀਗਾ ਜੇ ਲਾਇਆ ਗਿਆ ਸੀਗਾ ਕਦੋਂ ਲਾਇਆ ਗਿਆ ਸੀ ਤੇ ਕਦੋਂ ਹਟਾਇਆ ਗਿਆ ਮੈਨੂੰ ਇਸ ਵਿਸ਼ੇ ਤੇ ਜਾਣਕਾਰੀ ਨਹੀਂ ਹੈਗੀ ਪਰ ਮੈਨੂੰ ਇੰਨਾ ਪਤਾ ਵੀ ਅੱਜ ਉਹ ਬੁਲਾਰੇ ਨਹੀਂ ਹੈਗੇ ਉਹਨਾਂ ਨੂੰ ਪਹਿਲਾਂ ਬੁਲਾਰਾ ਲਾਇਆ ਗਿਆ ਸੀ ਇਹ ਜਾਣਕਾਰੀ ਤਾਂ ਹੋਊਗੀ ਤੁਹਾਡੇ ਕੋਲੇ ਤੁਸੀਂ ਖੁਦ ਬੁਲਾਰੇ ਨਹੀਂ ਮੈਂ ਕਦੇ ਬੈਠਕ 'ਚ ਨਹੀਂ ਮਿਲਿਆ ਉਹਨਾਂ ਨੂੰ ਅੱਛਾ ਬੁਲਾਰੇ ਤੁਹਾਡੀ ਵੈਬਸਾਈਟ ਤੇ ਲਿਖਿਆ ਹੋਇਆ ਟੀਵੀ ਬਹਿਸ ਲਈ ਪੈਨਲਿਸਟ ਸਟੇਟ ਸੈਲ ਕਨਵੀਨਰ ਜ਼ਿਲ੍ਹਾ ਮੁਖੀਆਂ ਨਿਯੁਕਤੀਆਂ ਕੀਤੀਆਂ ਗਈਆਂ ਉਹਦੇ ਵਿੱਚ ਇਹਨਾਂ ਦਾ ਨਾਮ ਲਿਖਿਆ ਗਿਆ ਚਲੋ ਮੈਨੂੰ ਲੱਗਦਾ ਤੁਸੀਂ ਬੁਲਾਰੇ ਵਾਲੇ ਸ਼ਬਦ 'ਤੇ ਇਤਰਾਜ਼ ਹੈਗਾ ਤੁਹਾਨੂੰ ਸਰਜੀਤ ਸਿੰਘ ਸਵੈਚ ਇਹ ਤਾਂ ਹੁਣ ਇਸ ਟਰੈਕ ਤੇ ਤੁਰ ਪਿਆ ਵੀ ਕੈਪਟਨ ਅਮਰਿੰਦਰ ਸਿੰਘ ਵੀ ਉਹੀ ਗੱਲ ਕਹਿ ਰਿਹਾ ਤੇ ਮਿਸਟਰ ਕਾਲੋ ਵੀ ਉਹੀ ਗੱਲ ਕਹਿ ਰਿਹਾ ਜੇ ਤੁਹਾਨੂੰ ਇਹਨਾਂ ਦੇ ਬਿਆਨਾਂ ਦੇ ਵਿੱਚ ਕੋਈ ਫਰਕ ਲੱਗਦਾ ਜਾਂ ਮੇਰੇ ਸਵਾਲ ਵਿੱਚ ਕੋਈ ਫਰਕ ਲੱਗਦਾ ਤੇ ਤੁਸੀਂ ਉਸ ਨੂੰ ਸਪਸ਼ਟ ਕਰ ਸਕਦੇ ਹੋ ਸਰਜੀਤ ਸਿੰਘ ਸਵੈਚ ਇਹ ਕਹਿਣਾ ਚਾਹ ਰਿਹਾ ਹੈ ਕਿ ਸਾਡੇ ਕਾਲੋ ਸਾਹਿਬ ਵੀ ਉਸੇ ਟਰੈਕ 'ਤੇ ਅਤੇ ਕੈਪਟਨ ਸਾਹਿਬ ਵੀ ਉਸੇ ਟਰੈਕ 'ਤੇ ਆ ਤੁਸੀਂ ਡਿਫਰੈਂਸ਼ੀਏਟ ਕਰ ਦਿਓ ਸਰ ਸਰਜੀਤ ਸਿੰਘ ਸਵੈਚ ਮੂਰਖਤਾ ਹੈ ਜਿਹਨਾਂ ਦੀ ਇਹ ਉਸ ਤੋਂ ਵੱਡੀ ਜੋ ਉਹਨਾਂ ਨੇ ਕਿਹਾ ਕਾਲੋ ਸਾਹਿਬ ਨੇ ਉਸ ਤੋਂ ਵੱਡੀ ਮੂਰਖਤਾ ਇਹ ਹੈਗੀ ਜਿਹੜੇ ਕਹਿ ਰਹੇ ਨੇ ਹੁਣ ਕੋਈ ਮੁਕਾਬਲਾ ਕਰ ਰਹੇ ਨੇ ਸਟੇਟਮੈਂਟਸ ਦੇ ਉਹਨਾਂ ਦਾ ਕਿਉਂਕਿ ਦੇਖੋ ਆਪਾਂ ਨੂੰ ਇਹ ਕੋਈ ਐਵੇਂ ਮਜ਼ਾਕ ਨਹੀਂ ਹੈਗਾ ਜੋ ਉੱਥੇ ਕਹਿ ਰਹੇ ਨੇ ਕਾਲੋ ਸਾਹਿਬ ਕਹਿ ਰਹੇ ਨੇ ਆਪਾਂ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਇਹ ਇੱਕ ਬੜੀ ਸੋਚੀ ਸਮਝੀ ਜਿਹੜੀ ਹੈਗੀ ਆ ਭਾਜਪਾ ਦਾ ਜਿਹੜਾ ਚੱਲ ਰਿਹਾ ਟ੍ਰੈਂਡ ਇਹ ਲਗਾਤਾਰ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਣ ਬੁੱਝ ਕੇ ਗੱਲਾਂ ਕੀਤੀਆਂ ਗਈਆਂ ਜਾਣ ਬੁੱਝ ਕੇ ਇਹ ਲੋਕਾਂ ਨੂੰ ਭੜਕਾਉਣ ਵਾਸਤੇ ਪੂਰੀ ਕੋਸ਼ਿਸ਼ ਕਰ ਰਹੇ ਨੇ ਇਹ ਗਿੜੀ ਮਿੱਥੀ ਸਾਜਿਸ਼ ਹੈ ਇੱਕ ਇਹ ਪੰਜਾਬ ਦੇ ਖਿਲਾਫ ਹੈ ਕਿਸਾਨਾਂ ਦੇ ਖਿਲਾਫ ਹੈਗੀ ਹੈ ਇਹਨਾਂ ਦੇ ਮਨਸ਼ੇ ਠੀਕ ਨਹੀਂ ਗੇ ਹੁਣ ਜਿੰਨੇ ਮਰਜ਼ੀ ਪੜਦੇ ਪਾਈ ਜਾਣ ਇਹ ਏਦਾਂ ਦੀਆਂ ਗੱਲਾਂ ਹੋਰ ਵੀ ਆਉਣਗੀਆਂ ਨਾ ਤਾਂ ਪਹਿਲੀ ਵਾਰ ਆਈਆਂ ਇਹ ਨਾ ਆਖਰੀ ਵਾਰ ਹੋਣਗੀਆਂ ਇਹ ਪਹਿਲਾਂ ਵੀ ਆਉਂਦੀਆਂ ਰਹੀਆਂ ਨੇ ਇੱਕ ਲੀਡਰ ਵੱਲੋਂ ਨਹੀਂ ਕਿੰਨੇ ਲੀਡਰਾਂ ਵੱਲੋਂ ਆਉਂਦੀਆਂ ਰਹੀਆਂ ਨੇ ਉੱਪਰ ਤੋਂ ਲੈ ਕੇ ਤਾਂ ਟੌਪ ਤੋਂ ਲੈ ਕੇ ਬੌਟਮ ਤੱਕ ਅੱਗੇ ਵੀ ਆਉਂਦੀਆਂ ਰਹਿਣਗੀਆਂ ਸੋ ਆਪਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਮੇਰੇ ਭਰਾ ਜਿਹੜੇ ਕਿਸਾਨ ਐਡਾ ਵੱਡਾ ਸੰਘਰਸ਼ ਕਰ ਰਹੇ ਉਹਨਾਂ ਨੂੰ ਸਾਨੂੰ ਇਸ ਗੱਲ ਤੇ ਜਿਹੜਾ ਹੈਗਾ ਬੜਾ ਸੀਰੀਅਸ ਹੋਣਾ ਚਾਹੀਦਾ ਲੇਕਿਨ ਭੜਕਾਹਟ ਬਿਲਕੁਲ ਲਿਆਉਣਾ ਚਾਹੀਦਾ ਹੈਗਾ ਸਾਨੂੰ ਤਰੀਕੇ ਨਾਲ ਇਹਨਾਂ ਨੂੰ ਕਾਊਂਟਰ ਕਰਨਾ ਚਾਹੀਦਾ ਹੈਗਾ ਅਸੀਂ ਉਹਦੇ ਟ੍ਰੈਪ 'ਚ ਬਿਲਕੁਲ ਨਾ ਆਈਏ ਜਿਵੇਂ ਨਾ ਗੁੱਸਾ ਦਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਹਿੱਸਾ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹੈ ਪੰਜਾਬ ਦੇ ਮਾਹੌਲ ਨੂੰ ਨਾ ਵਿਗਾੜੀਏ ਆਪਾਂ ਇਹ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨਾਲ ਇਤਫਾਕ ਰੱਖਦੇ ਹੋ ਦੇਖੋ ਮੈਂ ਪਹਿਲਾਂ ਵੀ ਕਹਿ ਚੁੱਕਾ ਕੱਲ ਵੀ ਇਸ ਚੈਨਲ ਤੇ ਕਿਸੇ ਚੈਨਲ ਤੇ ਕਹਿ ਚੁੱਕਾ ਹੈਗਾ ਇਸ ਬਿਆਨ ਤੇ ਅਸੀਂ ਕਮੈਂਟ ਕਰ ਚੁੱਕਾ ਹੈਗਾ ਮੈਂ ਕਿ ਅਸੀਂ ਕੈਪਟਨ ਸਾਹਿਬ ਦੇ ਜਿਹੜਾ ਇਹ ਬਿਆਨ ਨਾਲ ਜਿਹੜੀ ਸਾਡੀ ਪਾਰਟੀ ਹੈਗੀ ਹੈ ਪਾਰਟੀ ਤੇ ਗਵਰਨਮੈਂਟ ਦੇ ਵਿੱਚ ਜੋ ਫਰਕ ਹੈਗਾ ਉਸ ਦਾ ਅਸੀਂ ਜਿਹੜਾ ਉਹਨੂੰ ਅੱਗੇ ਲੈ ਕੇ ਜਾਂਦੇ ਹੋਏ ਸਾਡੀ ਪਾਰਟੀ ਕਿਸਾਨਾਂ ਦੇ ਨਾਲ ਹੈਗੀ ਹੈ ਅਸੀਂ ਪਾਰਟੀ ਨੇ ਕਿਸਾਨਾਂ ਨੂੰ ਕੋਈ ਸਲਾਹ ਨਹੀਂ ਦੇਣੀ ਜੋ ਕਿਸਾਨ ਹੁਕਮ ਕਰਦੇ ਨੇ ਜਿੱਥੇ ਚਾਹੁਣ ਪੰਜਾਬ ਧਰਨੇ ਕਰਨੇ ਬਾਹਰ ਕਰਨੇ ਦਿੱਲੀ ਕਰਨੇ ਹੈਗੇ ਨੇ ਅਸੀਂ ਸਾਡੀ ਪਾਰਟੀ ਨਾਲ ਹੈ ਸਾਡੇ ਵਰਕਰ ਨਾਲ ਨੇ ਸੋ ਕੈਪਟਨ ਸਾਹਿਬ ਨੇ ਬਤੌਰ ਮੁੱਖ ਮੰਤਰੀ ਇੱਕ ਬਿਆਨ ਦਿੱਤਾ ਹੈਗਾ ਉਹਨਾਂ ਦੀ ਆਪ ਦੀ ਇੰਟੈਲੀਜੈਂਸ ਰਿਪੋਰਟ ਆ ਜੋ ਕਹਿੰਦੇ ਨੇ ਉਹਨਾਂ ਦਾ ਬਿਆਨ ਹੈਗਾ ਚਲੋ ਲੇਕਿਨ ਸਾਡੀ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਕੈਪਟਨ ਸਾਹਿਬ ਇੱਕੋ ਟਰੈਕ ਤੇ ਹੈ ਇੱਕ ਮਿੰਟ ਸਵੈ ਸਾਹਿਬ ਅਸੀਂ ਇਹ ਮੰਨ ਕੇ ਚੱਲੀਏ ਕਿ ਬੀਜੇਪੀ ਵੀ ਉਹਨਾਂ ਦੇ ਬਿਆਨ ਨੂੰ ਖਾਰਜ ਕਰਦੀ ਪਈ ਹੈ ਤੇ ਤੁਸੀਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਖਾਰਜ ਕਰਦੇ ਪਏ ਹੋ ਅਸੀਂ ਇਹ ਕਹਿੰਦੇ ਹੈਗੇ ਆ ਵੀ ਅਸੀਂ ਸਾਨੂੰ ਕਿਸਾਨਾਂ ਨੂੰ ਕੋਈ ਸਲਾਹ ਦੇਣ ਦੀ ਲੋੜ ਨਹੀਂ ਹੈਗੀ ਕਿੱਥੇ ਕੀ ਕਰਨਾ ਹੈਗਾ ਉਹ ਮੁੱਖ ਮੰਤਰੀ ਨੇ ਉਹਨਾਂ ਨੇ ਆਪ ਦੇ ਲਿਹਾਜ਼ ਨਾਲ ਜੋ ਚੰਗਾ ਲੱਗਾ ਕਰਤਾ ਲੇਕਿਨ ਮੁੱਖ ਮੰਤਰੀ ਦੇ ਬਿਆਨ ਨੂੰ ਕਾਲੋ ਦੇ ਬਿਆਨ ਨਾਲ ਮੁਕਾਬਲਾ ਕਰਨਾ ਇਹ ਜ਼ਮੀਨ ਅਸਮਾਨ ਦਾ ਫਰਕ ਹੈ ਚਲੋ ਇੱਕ ਸਲਾਹ ਦੇਣੀ ਹੋਰ ਗੱਲ ਹੈਗੀ ਭੜਕਾਉਣਾ ਕਾਲੋ ਦਾ ਬਿਆਨ ਤੁਸੀਂ
ਕੈਪਟਨ ਸਾਹਿਬ ਨਾਲ ਕੰਪੇਅਰ ਨਹੀਂ ਕਰ ਸਕਦੇ ਹੈਗੇ। ਚਲੋ ਬਹੁਤ ਵੱਖਰੇ ਨੇ, ਉਹਨਾਂ ਦੀ ਮਨਸ਼ਾ ਵੱਖਰੀ ਹੈਗੀ ਹੈ। ਠੀਕ, ਮੈਂ ਛੋੜਿਆ ਬ੍ਰੇਕ ਲਊਂਗਾ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਬ੍ਰੇਕ ਤੋਂ ਵਾਪਸ ਆ ਕੇ ਸਵਾਲ ਹੋਣਾ ਚਾਹੀਦਾ ਕਿਸਾਨ ਸੰਘਰਸ਼ ਦੇ ਅਸਲ 'ਚ ਸਿਆਸਤ ਚਾਹੁੰਦੀ ਕੀ ਹੈ। ਜਿਹੜਾ ਸਵਾਲ ਮਿਸਟਰ ਕਾਲੂ ਨੇ ਖੜਾ ਕੀਤਾ, ਉਸ ਸਵਾਲ ਦੇ ਵਿਚਾਲੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਨਾਲ ਪਿਆਰ ਹੈਗਾ। ਜੇ ਪਿਆਰ ਹੈਗਾ ਤਾਂ ਹੁਣ ਤੱਕ ਇਹ ਅੰਦੋਲਨ ਖਤਮ ਹੋ ਜਾਣਾ ਚਾਹੀਦਾ ਸੀਗਾ। ਅੰਦੋਲਨ ਖਤਮ ਕਿਉਂ ਨਹੀਂ ਹੋਇਆ? ਉਹ ਪਿਆਰ ਦਾ ਨਤੀਜਾ ਕਿ ਉੱਥੇ ਬੈਠੇ ਹੋਏ ਆ, ਅੰਦੋਲਨ ਜਿੰਨਾ ਲੰਬਾ ਮਰਜ਼ੀ ਚੱਲੇ ਜਾਂ ਇਹਦੇ ਵਿੱਚ ਕੋਈ ਪਲਾਨ ਹੈਗਾ? ਸਵਾਲ ਇਹ ਹੈ। ਵਾਪਸ ਆ ਜੇ ਭਾਰਤ ਰੁਚੀ ਨਾਲ ਮੇਰੇ ਦਿਮਾਗ ਨੇ ਉੱਥੇ ਬੰਦਾ ਬੈਠਾ ਹੈ ਤਾਂ ਹੁਣ ਤਾਂ ਸਾਡੇ ਮਾਰ ਮਾਰ ਕੇ ਡਾਂਗਾ ਮਾਰ ਕੇ ਇਹਨਾਂ ਨੇ ਬੰਦ ਕਰਨਾ। ਇਹਨਾਂ ਦਾ ਹੱਲ ਇਹ ਹੀ ਹੈ ਔਰ ਅਖੀਰ ਇਹ ਹੀ ਕਰਨਾ ਪੈਣਾ ਆਪਾਂ। ਕਿਸਾਨਾਂ ਨੂੰ ਕੁੱਟਣ ਵਾਲੀ ਸਿਆਸੀ ਮਾਨਸਿਕਤਾ ਦਾ ਅਸਲ ਮਕਸਦ ਕੀ? ਅਰਸ਼ਜੀਤ ਸਿੰਘ ਕਲੇਰ, ਤੁਹਾਡੀ ਪਾਰਟੀ ਨਾਲ ਬੜੇ ਐਸੋਸੀਏਟ ਰਹੇ ਆ ਉਹ ਮਿਸਟਰ ਕਾਲੋ, ਤੁਹਾਡੀ ਸਟੇਟਮੈਂਟ ਕੀ ਹੋਊਗੀ ਉਹਨਾਂ ਬਾਰੇ? ਮੈਂ ਪਹਿਲੀ ਸਟੇਟਮੈਂਟ ਤੁਹਾਡੀ ਜਾਨਣਾ ਚਾਹੁੰਦਾ। ਨਿਹਾਇਤ ਹੀ ਘਟੀਆ ਦਰਜੇ ਦੀ ਬਿਆਨਬਾਜ਼ੀ ਹੈ ਜੀ ਇਹ ਤੋਂ। ਮਤਲਬ ਮੈਂ ਨਹੀਂ ਕਹਿੰਦਾ ਕਿ ਇਹ ਤੋਂ ਕੋਈ ਘਟੀਆ ਸ਼ਬਦ ਉਹ ਵਰਤ ਨਹੀਂ ਸਕਦੇ ਸੀ ਕਿਸਾਨਾਂ ਦੇ ਪ੍ਰਤੀ, ਪਰ ਇਹ ਅੱਜ ਪੰਜਾਬ ਦਾ ਮਾਹੌਲ ਵੀ ਦਰਸਾਉਂਦਾ। ਮੈਂ ਅੱਜ ਕਿਸਾਨ ਜਥੇਬੰਦੀ ਦੇ ਕੋਈ ਨੁਮਾਇੰਦੇ ਉਰੇ ਹੈ ਨਹੀਂ, ਪਰ ਪ੍ਰੋਫੈਸਰ ਮਨਜੀਤ ਸਿੰਘ ਹੈਗੇ ਨੇ, ਇਹਨਾਂ ਨੂੰ ਵੀ ਮੈਂ ਉਸੇ ਰੂਪ ਦੇ ਵਿੱਚ ਦੇਖਦਾ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬੜਾ ਸਪਸ਼ਟ ਹੋ ਗਿਆ ਕਿ ਇਹਨਾਂ ਦਾ ਏਜੰਡਾ ਹੁਣ ਇਹ ਕਿਸ ਪਾਸੇ ਨੂੰ ਤੁਰ ਚੁੱਕੇ ਨੇ, ਚਾਹੇ ਕਾਂਗਰਸ 'ਚ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ ਚਾਹੇ ਬੀਜੇਪੀ ਹੋਵੇ। ਕੱਲ ਕੈਪਟਨ ਸਾਹਿਬ ਨੇ ਵੀ ਕੋਈ ਘੱਟ ਨਹੀਂ ਗੁਜ਼ਾਰੀ ਅਗਰ ਇਹ ਕਹਿ ਦੇਣਾ ਕਿ ਕਿਸਾਨ ਅੰਦੋਲਨ ਨਾਲ ਸੂਬੇ ਦੀ ਆਰਥਿਕ ਸਥਿਤੀ ਨੂੰ ਬਹੁਤ ਨੁਕਸਾਨ ਹੋ ਰਿਹਾ, ਤੇ ਇਹ ਵੀ ਓਡਾ ਹੀ ਵੱਡਾ ਬਿਆਨ ਹੈ। ਇਹਨੂੰ ਤੁਸੀਂ ਦੂਜੇ ਐਂਗਲ ਤੋਂ ਦੇਖੋਗੇ ਇਹ ਵੀ ਓਡਾ ਹੀ ਵੱਡਾ ਬਿਆਨ ਹੈ। ਕੈਪਟਨ ਸਾਹਿਬ ਦੀ ਇੱਕ ਮਿੰਟ, ਕਲੀਅਰ ਸਾਹਿਬ, ਕਲੀਅਰ ਸਾਹਿਬ, ਕਲੀਅਰ ਸਾਹਿਬ, ਕੈਪਟਨ ਸਾਹਿਬ ਦੀ, ਕਲੀਅਰ ਸਾਹਿਬ, ਕਲੀਅਰ ਸਾਹਿਬ, ਕਲੀਅਰ ਸਾਹਿਬ, ਸ਼ਾਸਨ ਵੱਲ ਨੂੰ ਕਦਮ ਵਧਾਏ ਜਾ ਰਹੇ ਨੇ। ਕਲੀਅਰ ਸਾਹਿਬ, ਕੈਪਟਨ ਸਾਹਿਬ ਦੀ ਹੁਣੇ ਉਹਨੇ ਸਟੇਟਮੈਂਟ ਆਈ ਹੈ, ਕਹਿੰਦੇ ਮੇਰੇ ਬਿਆਨ ਨੂੰ ਟਵਿਸਟ ਕੀਤਾ ਜਾ ਰਿਹਾ। ਕੈਪਟਨ ਸਾਹਿਬ ਦਾ ਕੁਝ ਵੀ, ਮੈਂ ਤਾਂ ਇਹ ਗੱਲ ਕਹੂੰਗਾ ਜੀ ਕਿ ਕੈਪਟਨ ਸਾਹਿਬ ਚਲੋ ਇਹਨੂੰ ਕਹਿ ਦਿੰਦੇ ਟਵਿਸਟ ਕੀਤਾ ਗਿਆ, ਜੋ ਨਵਜੋਤ ਸਿੱਧੂ ਕਹਿੰਦੇ ਸਵੈਦ ਸਾਹਿਬ ਬੈਠੇ ਨੇ ਕਾਂਗਰਸ ਦੇ ਪ੍ਰਵਕਤਾ ਨੇ, ਨਵਜੋਤ ਸਿੱਧੂ ਨੇ ਕੈਪਟਨ ਸਾਹਿਬ ਦੇ ਤੌਰ ਤੇ ਇਲਜ਼ਾਮ ਲਾਇਆ ਵੀ ਤਿੰਨੇ ਕਾਨੂੰਨਾਂ 'ਚ ਸੋਧਾ ਕਰਕੇ ਬੀਜੇਪੀ ਨੂੰ ਫਾਇਦਾ ਪਹੁੰਚਾਇਆ ਤੇ ਉਹ ਕਾਨੂੰਨ ਮੰਨ ਲਏ ਨੇ, ਲੈਂਡ ਰਿਕਾਰਡ ਆਨਲਾਈਨ ਕਰਨ ਦੀ ਕਾਂਗਰਸ ਨੇ ਲਿਖਤੀ ਦੇ ਦਿੱਤੀ ਹੈ। ਸੋ ਕਿਤੇ ਨਾ ਕਿਤੇ ਕੈਪਟਨ ਸਾਹਿਬ ਇਹ ਸਾਰੇ ਅੰਦੋਲਨ ਦੇ ਵਿੱਚ ਕਿਸਾਨ ਪੱਖੀ ਨਹੀਂ ਦਿਖੇ। ਉਹ ਜਦੋਂ ਕੇਂਦਰ ਨਾਲ ਗੱਲ ਕੀਤੀ ਉਦੋਂ ਇਸੇ ਟੌਪਿਕ ਤੇ ਕੀਤੀ ਕਿ ਅਮਨ ਸ਼ਾਹ ਉਰੇ ਜਿਹੜਾ ਸਾਡਾ ਬਾਰਡਰ ਸਟੇਟ ਹੈ ਤੇ ਸਾਡੇ ਲਾਅ ਐਂਡ ਆਰਡਰ ਸਿਚੁਏਸ਼ਨ ਦਾ ਖਤਰਾ ਹੈ, ਸੋ ਕਿਸਾਨ ਅੰਦੋਲਨ ਖਤਮ ਕਰਾਇਆ ਜਾਵੇ। ਸਿੱਧੂ ਸਾਹਿਬ ਤੱਕ ਇਹ ਵੀ ਕਹਿੰਦੇ ਆ ਕਿ ਤੁਸੀਂ ਦੋਸ਼ੀ ਹੋ ਇਸ ਸਭ ਦੇ ਲਈ, ਜੇ ਕਿਸਾਨ ਅੱਜ ਸੰਘਰਸ਼ 'ਤੇ ਬੈਠੇ ਆ ਤਾਂ ਤੁਸੀਂ ਉਸ ਗੱਲ ਨੂੰ ਮੰਨਦੇ ਨਹੀਂ ਸਿੱਧੂ ਸਾਹਿਬ ਦੀ, ਇਸ ਗੱਲ ਨੂੰ ਮੰਨਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲੇ? ਤਾਂ ਵਿਰੋਧੀ ਹੈ ਨਾ ਜੀ, ਸਾਡੀਆਂ ਨੀਤੀਆਂ ਨਾਲ ਤਾਂ ਸਿੱਧੂ ਸਾਹਿਬ ਕਦੇ ਵੀ ਸਹਿਮਤ ਨਹੀਂ, ਕਾਂਗਰਸ ਦੇ ਤਾਂ ਉਹ ਪ੍ਰਧਾਨ ਨੇ, ਕਾਂਗਰਸ ਦੀ ਸਰਕਾਰ ਹੈ, ਸੋ ਉਹ ਗੱਲ ਕਹਿਣੀ ਜ਼ਿਆਦਾ ਵਜਨ ਰੱਖਦੀ ਹੈ। ਵਿਰੋਧੀਆਂ ਨਾਲ ਤਾਂ ਕੋਈ ਸਹਿਮਤ ਨਹੀਂ ਹੁੰਦਾ, ਵਿਰੋਧੀ ਤੇ ਤਾਂ ਸਭ ਨੇ ਇਲਜ਼ਾਮ ਲਾਉਣਾ। ਚਲੋ ਮੈਨੂੰ ਇੱਕ ਜੀ ਸਮਝਾਓ ਕਲੀਅਰ ਸਾਹਿਬ, ਤੁਹਾਡੀ ਪਾਰਟੀ ਨਾਲ ਵੀ ਭਰ ਰਹੇ ਆ ਇੰਨਾ ਲੰਮਾ ਸਮਾਂ, ਮੇਰਾ ਸਵਾਲ ਇਹ ਹੈ ਕਿ ਇਹ ਉਹਨਾਂ ਦੀ ਮਾਨਸਿਕਤਾ ਹੁਣ ਇਹੋ ਜਿਹੀ ਹੋਈ ਹੈ ਜਾਂ ਉਦੋਂ ਹੀ ਪਹਿਲਾਂ ਸੀਗੀ? ਮੈਂ ਕੇਪੀ ਜੀ ਦੇਖਿਆ ਕਿ ਕਈ ਵਾਰੀ ਨਾ ਬੰਦਾ ਓਪਰਚੁਨਿਸਟ ਹੋ ਜਾਂਦਾ ਹੈ ਅਹੁਦਿਆਂ ਦੀ ਦੌੜ ਦੇ ਵਿੱਚ, ਉਹ ਇਹ ਭੁੱਲ ਜਾਂਦਾ ਹੈ ਕਿ ਮੈਂ ਕਿਸ ਤਰੀਕੇ ਦੇ ਆਪਦੇ ਵਿਚਾਰ ਰੱਖਣੇ ਨੇ। ਸੋ ਬੀਜੇਪੀ ਦੇ ਵਿੱਚ ਆਪਣੇ ਆਪ ਨੂੰ ਕਿਤੇ ਉੱਚ ਜਗ੍ਹਾ ਤੇ ਦੇਖਣ ਚਾਹੁਣ ਦੀ ਚਾਹ ਦੇ ਵਿੱਚ ਐਸੀ ਘਟੀਆ ਸਤਰ ਦੀ ਬਿਆਨਬਾਜ਼ੀ ਤੇ ਉਤਰ ਆਏ ਨੇ। ਠੀਕ ਹੈ, ਪ੍ਰੋਫੈਸਰ ਮਨਜੀਤ ਸਿੰਘ, ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਮੋਦੀ ਸਾਹਿਬ ਤੁਹਾਡੇ ਨਾਲ ਪਿਆਰ ਕਰਦੇ, ਯਾਨੀ ਕਿ ਕਿਸਾਨਾਂ ਨਾਲ ਪਿਆਰ ਕਰਦੇ ਆ। ਮੋਦੀ ਸਾਹਿਬ ਕਿਸਾਨਾਂ ਨਾਲ ਪਿਆਰ ਕਰਦੇ, ਇਹ ਗੱਲ ਉਹਨਾਂ ਦੀ ਸਹੀ ਹੈ ਜਾਂ ਨਹੀਂ? ਦੇਖੋ ਕੇਪੀ ਸਿੰਘ, ਮੈਂ ਉਹ ਸਾਰੀ ਵੀਡੀਓ ਸੁਣੀ ਆ, ਇਹ ਬਦਤਮੀਜ਼ੀ ਦੀ ਇੰਤਹਾ, ਔਰ ਜਿੰਨੀ ਵੀ ਵੱਧ ਤੋਂ ਵੱਧ ਇੱਕ ਸਿਆਣੇ ਬਿਆਣੇ ਬੰਦੇ ਵੱਲੋਂ ਗੱਪ ਮਾਰੀ ਜਾ ਸਕਦੀ ਆ, ਹੋਰ ਮੋਦੀ ਜੀ ਨੂੰ ਗੋਬਲਸ ਦੀ ਕੋਈ ਲੋੜ ਨਹੀਂ ਆ, ਇਹਨੂੰ ਚੁੱਪ ਕਰਕੇ ਰੱਖ ਲੈਣ, ਇਹ ਬਥੇਰਾ ਲਿੰਬ ਪੂਛ ਕੇ ਝੂਠ ਸੱਚ ਗੁੰਨ ਕੇ ਲੋਕਾਂ ਤੱਕ ਪਹੁੰਚਾ ਸਕਦਾ। ਉਹਨੇ ਬੇਸਿਕਲੀ ਗਾਲਾਂ ਦਿੱਤੀਆਂ ਔਰ ਸਾਰੀ ਮੂਵਮੈਂਟ ਦਾ ਮਜ਼ਾਕ ਉਡਾਇਆ। ਤੁਸੀਂ ਅਜੇ ਉਹ ਕਲਿਪਿੰਗ ਨਹੀਂ ਵਿੱਚ ਦਿੱਤੀਆਂ, ਸ਼ਾਇਦ ਤੁਹਾਡੇ ਕੋਈ ਕਾਰਨ ਹੋਣਗੇ, ਜਦੋਂ ਉਹਨੇ ਆਪਣੇ ਆਪ ਨੂੰ ਹਾਥੀ ਨਾਲ ਤੁਲਨਾ ਕੀਤੀ ਹੈ ਤੇ ਜਿਹੜੇ ਮੂਵਮੈਂਟ ਮਜ਼ਾਰੇ ਕਰ ਰਹੇ ਉਹਨਾਂ ਨੂੰ ਕੁੱਤਿਆਂ ਦੇ ਬਰਾਬਰ ਕਿਹਾ, ਕਹਿੰਦੇ ਪਿੱਛੇ ਪਿੱਛੇ ਕੁੱਤੇ। ਸਾਡੀ ਕੋਈ ਮਜਬੂਰੀ ਨਹੀਂ ਪ੍ਰੋਫੈਸਰ ਮਨਜੀਤ ਸਿੰਘ, ਮੈਂ ਸਾਫ਼ ਕਰ ਦਵਾਂ, ਸਾਡੀ ਕੋਈ ਮਜਬੂਰੀ ਨਹੀਂ ਹੈਗੀ ਸਰ। ਪ੍ਰੋਫੈਸਰ ਮਨਜੀਤ ਸਿੰਘ, ਨਹੀਂ ਮਜਬੂਰੀ ਨਹੀਂ, ਮੈਂ ਕਹੀ ਕੋਈ ਕਾਰਨ ਮੈਂ ਸਾਡਾ ਸਰ ਕੋਈ ਕਾਰਨ ਨਹੀਂ ਹੈਗਾ ਸਰ, ਕੋਈ ਲਿਮਿਟੇਸ਼ਨ ਨਹੀਂ ਸਰ। ਠੀਕ ਹੈ ਠੀਕ ਹੈ ਠੀਕ ਹੈ, ਤੁਸੀਂ ਉਸ ਬਿਆਨ ਦੀ ਚਰਚਾ ਕਰ ਸਕਦੇ ਹੋ ਸਰ। ਪ੍ਰੋਫੈਸਰ ਮਨਜੀਤ ਸਿੰਘ, ਜੇ ਤੁਹਾਨੂੰ ਉਹ ਬਿਆਨ ਦੀ ਸਮਝ ਹੈਗੀ ਤੁਸੀਂ ਚਰਚਾ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ, ਬੋਲੋ। ਮੈਂ ਕਰਤੀ, ਮੈਂ ਤੇ ਕਹਿਤਾ। ਦੂਸਰੀ ਗੱਲ ਜੋ ਉਹਨਾਂ ਨੇ ਲੈਫਟਾਂ ਬਾਰੇ ਕਹੀ, ਕਿਉਂਕਿ ਉਹਨਾਂ ਨੇ ਆਪਣੇ ਆਕਾ ਨੂੰ ਖੁਸ਼ ਕਰਨਾ, ਮੋਦੀ ਨੂੰ ਖੁਸ਼ ਕਰਨਾ, ਔਰ ਉਹਨਾਂ ਨੇ ਲੈਫਟਾਂ ਬਾਰੇ ਕਹੀ ਵੀ ਇਹ ਭੁੱਖੇ ਮਰਦੇ ਸੀ, ਤੇ ਕਹਿੰਦੇ ਮੈਨੂੰ ਕਿਸੇ ਲੈਫਟ ਨੇ ਕਿਹਾ, ਮੇਰੇ ਲੈਫਟ ਵੀ ਯਾਰ ਆ। ਇਹ ਦੇਖੋ ਇਹੋ ਜਿਹਾ ਬੇਈਮਾਨ ਬਦਤਮੀਜ਼ ਬੰਦਾ, ਇੱਕ ਪਾਸੇ ਉਹਨਾਂ ਨੂੰ ਯਾਰ ਕਹਿ ਰਿਹਾ ਤੇ ਇੱਕ ਪਾਸੇ ਕਹਿ ਰਿਹਾ ਕਿ ਉਹ ਹੇਰਾ ਫੇਰੀ ਦਾ ਪੈਸਾ ਉਹਨਾਂ ਨੂੰ ਆਉਣਾ ਸ਼ੁਰੂ ਹੋ ਗਿਆ, ਉਹ ਕਹਿੰਦੇ ਸਾਡਾ ਰੋਟੀ ਪਾਣੀ ਚੱਲ ਗਿਆ, ਇਹ ਦੂਜੇ ਪਾਸੇ ਮਾਰਨ ਦੀਆਂ
ਧਮਕੀਆਂ ਦੇ ਰਿਹਾ ਜਿਹੜਾ ਮੰਜੀ ਤੇ ਚਿੱਟਾ ਕੱਪੜਾ ਲਿਆਉਣ ਵਾਲੀ ਗੱਲ ਕਰਦੇ ਨਾਲ ਹੀ ਇਹ ਕਹਿੰਦਾ ਕਿ ਇਹ ਐਵੇਂ ਗਿੱਦੜ ਆ ਤੁਸੀਂ ਥੋੜੀ ਜਿਹੀ ਵੱਡੀ ਗਿਣਤੀ ਚ ਇੱਥੇ ਆਇਆ ਕਰੋ ਅੰਦਰ ਥੋੜੇ ਆਏ ਆ ਜੇ ਉਹ ਜੇ ਜਿੱਦਣ ਤੁਸੀਂ 100 ਤੋਂ 200 ਆ ਗਏ ਉਹ ਬਾਹਰ 100 ਖੜੇ ਆ ਕਹਿੰਦਾ ਅੱਜ ਵੀ ਖੜੇ ਹੈਗੇ ਆ ਤੇ ਉਹਨਾਂ ਨੇ ਆਪੇ ਭੱਜ ਜਾਣਾ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਯਾਰ ਕੋਈ ਤਰੀਕਾ ਆ ਇਹ ਮੂਵਮੈਂਟ ਨੂੰ ਡੀਲ ਕਰਨ ਦਾ ਲੋਕੀ ਮਰ ਰਹੇ ਆ ਇੰਨਾ ਸਾਰੇ ਦੇਸ਼ ਤੇ ਵਿਦੇਸ਼ਾਂ ਚ ਇਸ ਗੱਲ ਦੀ ਮੂਵਮੈਂਟ ਦੀ ਚਰਚਾ ਚੱਲੀ ਹੋਈ ਆ ਇਹ ਬਦਤਮੀਜ਼ ਬੰਦਿਆਂ ਵਾਂਗੂ ਇੱਕ ਜੋ ਭਾਸ਼ਣ ਦਿੱਤਾ ਤੇ ਥੱਲਿਓਂ ਇਹਨਾਂ ਦੀ ਪਾਰਟੀ ਤਾੜੀਆਂ ਮਾਰੀ ਉਹਨੂੰ ਰੋਕਣਾ ਚਾਹੀਦਾ ਕਿ ਤੂੰ ਯਾਰ ਭਾਸ਼ਾ ਦਾ ਥੋੜਾ ਜਿਹਾ ਧਿਆਨ ਦੇ ਇਹ ਠੀਕ ਗੱਲ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਪਾਰਟੀ ਵੱਲੋਂ ਵੀ ਇਹੋ ਜਿਹੀ ਗੱਲ ਦੀ ਸਰਾਹਨਾ ਕੀਤੀ ਜਾ ਰਹੀ ਆ ਔਰ ਪੰਜਾਬ ਦੇ ਅੰਦਰ ਇੱਕ ਬੇਇਤਫਾਕੀ ਤੇ ਇੱਕ ਆਪਸੀ ਟਕਰਾਅ ਵਾਲੀ ਨੀਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਇੱਕ ਬਹੁਤ ਖਤਰਨਾਕ ਰਾਜਨੀਤੀ ਖੇਡੀ ਜਾ ਰਹੀ ਹੈ ਮੈਂ ਫਿਰ ਇਨਕੁਆਇਰੀ ਕੀਤੀ ਹੈ ਲਾਸਟ ਗੱਲ ਕਿ ਇਹ ਬੰਦਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਚ ਕੀ ਸੀ ਮੈਂ ਜਿਹੜੇ ਜਾਣਨ ਵਾਲੇ 2-4 ਬੰਦੇ ਸੀ ਮੈਂ ਉਹਨਾਂ ਨੂੰ ਪੁੱਛਿਆ ਉੱਥੇ ਵੀ ਇਹਦੇ ਬਾਰੇ ਚਰਚਾ ਇਹੀ ਸੀ ਕਿ ਇਹ ਗਵਰਨਮੈਂਟ ਇੰਟੈਲੀਜੈਂਸ ਦੇ ਤੌਰ ਤੇ ਕੰਮ ਕਰਦੇ ਆ ਔਰ ਇਹਨੂੰ ਫਿਰ ਹਟਾ ਦਿੱਤਾ ਗਿਆ ਸੀਗਾ ਬਾਬਾ ਜਗਿੰਦਰ ਸਿੰਘ ਵੇਲੇ ਹੁੰਦੇ ਸੀਗੇ ਉੱਥੇ ਔਰ ਇਸ ਕਰਕੇ ਇਹਦਾ ਕੋਈ ਪੁਰਾਣਾ ਰਿਕਾਰਡ ਵੀ ਕੋਈ ਬਹੁਤ ਚੰਗਾ ਨਹੀਂ ਔਰ ਉਹਨਾਂ ਨੇ ਨਾਲ ਕਿਹਾ ਕਿ ਇਹ 7-8 ਬੰਦਿਆਂ ਦੀ ਸਿਕਿਉਰਿਟੀ ਲੈਣ ਲਈ ਤੇ ਨਾਲ ਹੀ ਜਿਹੜਾ ਮਨਿਓਰਿਟੀ ਕਮਿਸ਼ਨ ਜਿੱਥੇ ਹੁਣ ਇਕਬਾਲ ਸਿੰਘ ਚਲੇ ਗਏ ਆ ਉੱਥੇ ਮੈਂਬਰ ਬਣਨਾ ਚਾਹੁੰਦਾ ਇਸ ਕਰਕੇ ਇੰਨੀ ਇਹਨਾਂ ਨੇ ਜਿਹੜੀ ਜਿਹੜੀ ਘਟੀਆ ਸਪੀਚ ਜਿਹੜੀ ਆ ਉਹ ਦਿੱਤੀ ਹੈ ਤੁਸੀਂ ਬਹੁਤ ਗੰਭੀਰ ਸਵਾਲ ਚੱਕਦੇ ਆ ਪ੍ਰਸਮ ਅਜੀਤ ਸਿੰਘ ਤੁਸੀਂ ਲਾਲਪੁਰਾ ਹਰਾਂ ਦਾ ਵੀ ਜ਼ਿਕਰ ਕਰ ਲਿਆ ਕੁਲਦੀਪ ਸਿੰਘ ਧਾਲੀਵਾਲ ਕੁਲਦੀਪ ਸਿੰਘ ਧਾਲੀਵਾਲ ਇਉਂ ਲੱਗਦਾ ਕਿ ਤੁਸੀਂ ਉਹਨਾਂ ਦੇ ਬਿਆਨ ਨੂੰ ਮੁੱਢੋਂ ਖਾਰਜ ਨਹੀਂ ਕਰ ਰਹੇ ਜਿਹੜਾ ਪਬਲਿਕ ਰਿਸਪੋਂਡ ਵਾਲਾ ਸ਼ਬਦ ਤੁਸੀਂ ਵਰਤਦੇ ਪਏ ਹੋ ਤੁਹਾਡੇ ਵਰਕਰ ਉੱਥੇ ਬੈਠੇ ਹੋਣਗੇ ਉਹਨਾਂ ਦੀ ਪਬਲਿਕ ਰਿਸਪੋਂਡ ਕਿੰਨੇ ਹੋ ਕੁਲਦੀਪ ਸਿੰਘ ਧਾਲੀਵਾਲ ਅਨਮਿਊਟ ਕਰ ਲਓ ਆਪਣੇ ਆਪ ਨੂੰ ਹਾਂਜੀ ਜੇ ਕੋਈ ਵੀ ਬੰਦਾ ਜਿਹੜਾ ਕੋਈ ਲੀਡਰ ਹੁੰਦਾ ਜਨਤਾ ਦੇ ਵਿੱਚ ਉਹਦੇ ਆਮ ਦੇ ਲੋਕ ਹਮੇਸ਼ਾ ਉੱਤੇ ਹੁੰਦੇ ਆ ਦੂਜੀ ਚਾਰ ਧਾਰਾ ਦੇ ਲੋਕ ਨਹੀਂ ਹੁੰਦੇ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਪਰ ਮੈਂ ਇੱਥੇ ਇਹ ਗੱਲ ਰੱਖਣੀ ਚਾਹੁੰਦਾ ਕਿ ਇਸ ਦੇ ਵਿੱਚ ਜਿਹੜੀ ਵੀ ਉਹਨਾਂ ਨੇ ਗੱਲ ਕਹੀ ਆ ਉਹ ਮੈਂ ਪਹਿਲੇ ਅਫਸੋਸਜਨਕ ਕਹਿ ਚੁੱਕਿਆ ਮੈਂ ਉਹਦੇ ਬਾਰੇ ਉਹਨੂੰ ਕੰਡੈਮ ਕਰਦਾ ਔਰ ਉਹਦੇ ਬਾਰੇ ਮੇਰੇ ਕੋਈ ਦੋ ਰਾਵਾਂ ਨਹੀਂ ਹੈਗੀਆਂ ਵੀ ਮੂਵਮੈਂਟ ਨੂੰ ਡੀ ਵਾਸਤੇ ਇਸ ਤਰ੍ਹਾਂ ਦੇ ਸ਼ਬਦ ਨਹੀਂ ਵਰਤਣੇ ਚਾਹੀਦੇ ਮੈਂ ਉਹ ਜਿਹੜੀ ਗੱਲ ਰੱਖੀ ਆ ਉਹ ਇੱਕ ਆਮ ਪੰਜਾਬੀ ਦੀ ਗੱਲ ਹੈ ਔਰ ਇਹ ਗੱਲ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਪਛਾਣੀ ਦੂਜੀਆਂ ਪਾਰਟੀਆਂ ਨੇ ਵੀ ਪਛਾਣੀ ਕਿ ਰੋਜ਼ ਦਾ ਜਿਹੜਾ ਇਹ ਧਾਲੀਵਾਲ ਸਾਹਿਬ ਸੁਣ ਲਓ ਧਾਲੀਵਾਲ ਸਾਹਿਬ ਜਿਹੜਾ ਤੁਸੀਂ ਪਬਲਿਕ ਰਿਸਪੋਂਡ ਦੀ ਗੱਲ ਕਰਦੇ ਪਏ ਹੋ ਹੁਣ ਤੁਸੀਂ ਕਹਿ ਰਹੇ ਹੋ ਵਿਚਾਰਧਾਰਾ ਦੇ ਲੋਕ ਉੱਥੇ ਬੈਠੇ ਹੋਣਗੇ ਉਹਨਾਂ ਨੇ ਕਿਹੜੀ ਗੱਲ ਤੇ ਤਾੜੀਆਂ ਮਾਰੀਆਂ ਸੀ ਜਿਹਨ ਤੇ ਤੁਹਾਨੂੰ ਖੁਸ਼ੀ ਹੋਈ ਹੈ ਸਾਰੀਆਂ ਤੇ ਮਾਰੀਆਂ ਮੈਨੂੰ ਖੁਸ਼ੀ ਨਹੀਂ ਮੈਂ ਇਸ ਗੱਲ ਨੂੰ ਅਫਸੋਸਜਨਕ ਕਹਿ ਚੁੱਕਾ ਸਰ ਧਾਲੀਵਾਲ ਸਾਹਿਬ ਤੁਸੀਂ ਧਾਲੀਵਾਲ ਸਾਹਿਬ ਇੱਕ ਮਿੰਟ ਧਾਲੀਵਾਲ ਸਾਹਿਬ ਇਦਾਂ ਨਾ ਕਰਿਆ ਕਰੋ ਧਾਲੀਵਾਲ ਸਾਹਿਬ ਇਦਾਂ ਨਾ ਕਰਿਆ ਕਰੋ ਧਾਲੀਵਾਲ ਸਾਹਿਬ ਤੁਸੀਂ ਆਪ ਕਿਹਾ ਸੀ ਪਬਲਿਕ ਰਿਸਪੋਂਡ ਨੂੰ ਹੀ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਉਹਨਾਂ ਨੇ ਕਿਹੜੀ ਗੱਲ 'ਤੇ ਤਾੜੀਆਂ ਮਾਰੀਆਂ ਸੀ ਜਿਹੜੀ ਗੱਲ 'ਤੇ ਇੱਕ ਮਿੰਟ ਸਰ ਸਵਾਲ ਪੂਰਾ ਹੋ ਲੈਣ ਦਿਓ ਜਿਹੜੀ ਗੱਲ 'ਤੇ ਉਹਨਾਂ ਤਾੜੀਆਂ ਮਾਰੀਆਂ ਸੀ ਮੈਂ ਤੁਹਾਨੂੰ ਖੁੱਲ੍ਹੀ ਛੋਟ ਦੇ ਰਿਹਾ ਸਰ ਤੁਸੀਂ ਇੱਥੇ ਬਹਿ ਕੇ ਤਾੜੀਆਂ ਮਾਰ ਕੇ ਦਿਖਾਓ ਸਰ ਧਾਲੀਵਾਲ ਸਾਹਿਬ ਜੇ ਨਾਲ ਸਹਿਮਤੀ ਹੋ ਤੁਹਾਡੀ ਮਾਰੋ ਤਾੜੀਆਂ ਧਾਲੀਵਾਲ ਸਾਹਿਬ ਪੰਜਾਬ ਨੂੰ ਨੁਕਸਾਨ ਹੋ ਰਿਹਾ ਉਹ ਗੱਲ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਧਾਲੀਵਾਲ ਸਾਹਿਬ ਮੁੱਖ ਮੰਤਰੀ ਦਾ ਸਵਾਲ ਮੈਨੂੰ ਆਉਂਦਾ ਕਰਨਾ ਸਰ ਧਾਲੀਵਾਲ ਸਾਹਿਬ ਮੈਨੂੰ ਮੁੱਖ ਮੰਤਰੀ ਦਾ ਸਵਾਲ ਕਰਨਾ ਆਉਂਦਾ ਸਰ ਧਾਲੀਵਾਲ ਸਾਹਿਬ ਮੈਂ ਤੁਹਾਨੂੰ ਤੁਹਾਡਾ ਸਵਾਲ ਕਰ ਰਿਹਾ ਧਾਲੀਵਾਲ ਸਾਹਿਬ ਜਿਹੜੀ ਗੱਲ 'ਤੇ ਉਹਨਾਂ ਨੇ ਤਾੜੀਆਂ ਮਾਰੀਆਂ ਸੀਗੀਆਂ ਉਹ ਗੱਲ ਤੁਸੀਂ ਇੱਥੇ ਦਰਸ਼ਕਾਂ ਸਾਹਮਣੇ ਰੱਖ ਕੇ ਤਾੜੀਆਂ ਮਾਰ ਦਿਓ ਸਰ ਕਿਉਂ ਨਹੀਂ ਮਾਰਦੇ ਪਏ ਤਾੜੀਆਂ ਮੈਂ ਪਹਿਲੇ ਗੱਲ ਨੂੰ ਅਫਸੋਸਜਨਕ ਕਹਿ ਚੁੱਕਿਆ ਜਿਹੜਾ ਉਹਦਾ ਬਿਆਨ ਆ ਅਫਸੋਸਜਨਕ ਹੈ ਪਰ ਅਫਸੋਸਜਨਕ ਬਿਆਨ ਤੇ ਵੀ ਪਬਲਿਕ ਰਿਐਕਟ ਕਰ ਰਹੀ ਹੈ ਧਾਲੀਵਾਲ ਸਾਹਿਬ
ਧਾਲੀਵਾਲ ਸਾਹਿਬ ਤੁਸੀਂ ਖਤਮ ਕਰ ਧਾਲੀਵਾਲ ਸਾਹਿਬ ਤੁਸੀਂ ਫਿਰ ਆਪਦੀ ਪਾਰਟੀ ਨਾਲ ਹੀ ਕਿਉਂ ਨਹੀਂ ਖੜਦੇ ਪਏ ਜੇ ਉਹ ਤੁਹਾਡੇ ਵਰਕਰ ਸੀ ਜਿਨ੍ਹਾਂ ਨੇ ਤਾੜੀਆਂ ਮਾਰੀਆਂ ਤੁਸੀਂ ਮਾਰ ਦਿਓ ਕਿਉਂ ਨਹੀਂ ਖੜਦੇ ਪਏ ਉਹਨਾਂ ਨਾਲ ਫਿਰ ਤੁਸੀਂ बहुत सारे सवाल है पूछने चाहिए है सियासी मानसिकता का असल मकसद की है 2022 का प्लान तो नहीं है वापस आ रहा ਜੇ ਪਾਰਟੀ ਰੁਕੀ ਨਾ ਮੇਰੇ ਦਿਮਾਗ ਨੇ ਉੱਤੇ ਬੰਦਾ ਬੈਠਾ ਹੈ ਤਾਂ ਹੁਣ ਤਾਂ ਸਾਡੇ ਮਾਰ ਮਾਰ ਕੇ ਡਾਂਗਾ ਮਾਰ ਕੇ ਇਹਨਾਂ ਨੇ ਬੰਦ ਕਰਤਾ ਇਹਨਾਂ ਦਾ ਹੱਲ ਇਹ ਹੀ ਹੈ ਔਰ ਅਖੀਰ ਇਹ ਹੀ ਕਰਨਾ ਪੈਣਾ ਆਪਾਂ ਕਿਸਾਨਾਂ ਨੂੰ ਕੁੱਟਣ ਵਾਲੀ ਸਿਆਸੀ ਮਾਨਸਿਕਤਾ ਦਾ ਅਸਲ ਮਕਸਦ ਕੀ ਹੈ 1984 ਦੇ ਉਸ ਬੁਰੇ ਦੌਰ ਦੇ ਵਿੱਚ ਵੀ ਇਹਨਾਂ ਦਾ ਨਾਮ ਸਾਹਮਣੇ ਆਇਆ ਸੀਗਾ ਮਿਸਟਰ ਕਾਲੋ ਦਾ ਉਸ ਦਾ ਜ਼ਿਕਰ ਪ੍ਰੈਸ ਮਨਜੀਤ ਸਿੰਘ ਨੇ ਥੋੜ੍ਹਾ ਜਿਹਾ ਕੀਤਾ ਵੀ ਹੈਗਾ ਸੁਰਜੀਤ ਸਿੰਘ ਸਵੈਚ सर एक खुद वकालत भी करते हैं नाल तुहाडे हिसाब दे नाल स्वैज साहब पार्टी पद्धर ते की कार्रवाई होनी चाहिए है कानूनी पद्धर ते कोई कार्रवाई होनी चाहिए है नहीं सर जी स्वैज देखो अगर कोई भी गल कोई होर करदा ना जी भाजपा दे उल्ट जे कोई बंदा हुंदा जिहड़ा भाजपा दे मोदी जी दे खिलाफ अमित शाह दे खिलाफ या होर किसी दे खिलाफ बोलदा है कोई उहनूं की सजा दिंदे ने इह कई तां इहनां ने ਇੱਥੋਂ ਦੁਨੀਆ ਤੋਂ ਤੋਰਦੇ ਜਿਵੇਂ ਇੱਕ ਈਵਨ ਜਰਨਲਿਸਟ ਵੀ ਜਿਵੇਂ ਗੌਰੀ ਲੰਕੇਸ਼ ਹੋਰ ਹੈ ਹੋਰ ਕਈ ਪ੍ਰੋਫੈਸਰ ਸਾਹਿਬ ਨੂੰ ਜ਼ਿਆਦਾ ਪਤਾ ਇਹਨਾਂ ਗੱਲਾਂ ਦਾ ਜੋ ਇਹਨਾਂ ਦੀ ਲਾਈਨ ਕੱਟਦੇ ਨੇ ਉਹਦਾ ਕੀ ਹਸ਼ਰ ਕਰਦੇ ਨੇ ਇਹ ਅਤੇ ਉਹਦੇ ਖਿਲਾਫ਼ ਉਸ ਤੋਂ ਬਿਨਾਂ ਜਿਹੜੇ ਕਿਸਾਨਾਂ ਦੇ ਵਿੱਚ ਸੰਘਰਸ਼ ਦੇ ਵਿੱਚ ਹਿੱਸਾ ਲੈ ਰਹੇ ਸੀ ਲੋਕ ਉਹਨਾਂ ਨੂੰ ਕੀ ਬੋਲਿਆ ਇਹਨਾਂ ਨੇ ਅਤੇ ਹੋਰ ਵੀ ਇੱਦਾਂ ਦੇ ਅਨੇਕਾਂ ਕੇਸ ਇੱਦਾਂ ਦੇ ਨੇ ਜਿੱਥੇ ਇਹ ਸਡੀਸ਼ਨ ਦਾ ਦੇਸ਼ ਧਰੋਹੀ ਦਾ ਪਰਚਾ ਕਰਦੇ ਨੇ ਦੇਸ਼ ਧਰੋਹੀ ਦਾ ਇਲਜ਼ਾਮ ਲਾਉਂਦੇ ਨੇ ਸਟੂਡੈਂਟਸ ਨੇ ਯੂਨੀਵਰਸਿਟੀ ਦੇ ਵਿੱਚ ਜਿਵੇਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਬੱਚੇ ਨੇ ਇੱਕ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਬੱਚੇ ਨੇ ਜਿਨ੍ਹਾਂ ਨੇ ਥੋੜਾ ਜਿਹਾ ਪ੍ਰੋਟੈਸਟ ਹੀ ਕੀਤਾ ਸੀ ਉਹਦੇ ਖਿਲਾਫ਼ ਸਡੀਸ਼ਨ ਦਾ ਪਰਚਾ ਕੀਤਾ ਇਹਨਾਂ ਨੇ ਦੇਸ਼ ਧਰੋਹੀ ਦੇ ਪਰਚੇ ਕੀਤੇ ਨੇ ਆਪਣੇ ਧਾਲੀਵਾਲ ਸਾਹਿਬ ਜੋ ਕਹਿ ਰਹੇ ਨੇ ਜੇ ਆਪਣੇ ਲਫ਼ਜ਼ਾਂ ਨੂੰ ਸਹੀ ਮੰਨਦੇ ਨੇ ਦਿਲੋਂ ਮੰਨਦੇ ਨੇ ਤਾਂ ਅੱਜ ਇਹਨਾਂ ਨੂੰ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਸਵੈ ਸਾਹਿਬ ਸਵੈ ਸਾਹਿਬ ਸਵੈ ਸਾਹਿਬ ਜੀ 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 ਸਵੈ ਸਾਹਿਬ ਤੁਸੀਂ ਇਹਨਾਂ ਤੇ ਬਹੁਤ ਇਲਜ਼ਾਮ ਲਾਤੇ ਹੈ ਤੁਸੀਂ ਵਿਰੋਧੀ ਧਿਰ ਨੂੰ ਲਾਣੇ ਬੰਦੇ ਵੀ ਹੈ ਤੁਸੀਂ ਲਾਤੇ ਆ ਇਹਨਾਂ ਦਾ ਫੈਕਟ ਕੀ ਹੈਗਾ ਕੁਲਦੀਪ ਧਾਲੀਵਾਲ ਕਨਫਰਮ ਕਰ ਦੇਣਗੇ ਮੇਰਾ ਸਵਾਲ ਹੈ ਸਵੈ ਸਾਹਿਬ ਸਰਕਾਰ ਤੁਹਾਡੀ ਹੈ ਇੱਥੇ ਪੰਜਾਬ ਦੀ ਧਰਤੀ ਤੇ ਬਿਆਨ ਹੋਇਆ ਤੁਸੀਂ ਕੀ ਕੀਤਾ ਹੁਣ ਤੀਕਰ ਅਸੀਂ ਸਿਰਫ ਪੇਸ਼ ਕਰਕੇ ਹੈਗਾ ਜੇ ਕੱਲ ਆਈ ਹੈਗੀ ਹੈ ਉੱਥੇ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਕੋਸ਼ਿਸ਼ ਹੋਏਗੀ ਪਰਚਾ ਕਰਨ ਦੀ ਇਹਦੇ ਖਿਲਾਫ ਕਿਉਂਕਿ ਇਹ ਇੱਕ ਇੱਕ ਲੋਕਾਂ ਨੂੰ ਭੜਕਾਉਣ ਦਾ ਜਿਹੜਾ ਆਪਸ ਵਿੱਚ ਲੜਾਉਣ ਦੀ ਜਿਹੜੀ ਗੱਲ ਹੈਗੀ ਹੈ ਇਹ ਬਹੁਤ ਖਤਰਨਾਕ ਗੱਲ ਹੈਗੀ ਹੈ ਪੰਜਾਬ ਦਾ ਅਸੀਂ ਮਾਹੌਲ ਜਿਹੜਾ ਹੈਗਾ ਖਰਾਬ ਨਹੀਂ ਹੋਣ ਦੇਣਾ ਇਹ ਸਾਡ ਕਿਸੇ ਵੀ ਤਰ੍ਹਾਂ ਕਲੀਅਰ ਸਾਹਿਬ ਕਾਂਗਰਸ ਵੇਟ ਕਰਦੀ ਪਈ ਹੈ ਕੋਈ ਸ਼ਿਕਾਇਤ ਕਰੂਗਾ ਤਾਂ ਕਾਰਵਾਈ ਕਰਾਂਗੇ ਕਲੀਅਰ ਸਾਹਿਬ ਤੁਹਾਡੀ ਪਾਰਟੀ ਦਾ ਸਟੈਂਡ ਕੀ ਕਾਰਵਾਈ ਕੀ ਹੋਣੀ ਚਾਹੀਦੀ ਹੈ ਮੈਂ ਕਾਰਵਾਈ ਤਾਂ KPG ਅਸੀਂ ਸਾਰੀ ਮੰਗਦੇ ਹਾਂ ਹੁਣ ਕਾਰਵਾਈ ਦੋ ਤਰ੍ਹਾਂ ਨੇ ਕਰਨੀ ਹੈ ਇੱਕ ਸਰਕਾਰ ਕਰ ਸਕਦੀ ਦੂਜੀ ਬੀਜੇਪੀ ਕਰ ਸਕਦੀ ਬੀਜੇਪੀ ਤੋਂ ਸਾਨੂੰ ਕੋਈ ਆਸ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਔਰ ਇਸ ਅੰਦੋਲਨ ਦੇ ਦੌਰਾਨ ਜ਼ਿਆਦਾ ਅਗਰ ਕਿਸਾਨਾਂ ਤੇ ਸਰਕਾਰ ਦੇ ਵਿੱਚ ਪਾੜਾ ਪਿਆ ਉਹਦਾ ਗਲਤ ਬਿਆਨਬਾਜ਼ੀ ਇੱਕ ਬਹੁਤ ਵੱਡਾ ਕਾਰਨ ਆ ਔਰ ਪੰਜਾਬ ਦੇ ਕਈ ਐਸੇ ਮਹਾਰਥੀ ਲੀਡਰ ਨੇ ਜਿਨ੍ਹਾਂ ਨੇ ਕਿਸਾਨਾਂ ਨੂੰ ਮਾੜਾ ਚੰਗਾ ਬੋਲਣ 'ਚ ਕੋਈ ਕਸਰ ਨਹੀਂ ਛੱਡੀ ਔਰ ਮੈਂ ਤੁਹਾਨੂੰ ਆਸ਼ਵਾਸਨ ਦਿਵਾਉਣਾ ਹੈ ਕਿ ਜਿਹੜੀ ਕਾਂਗਰਸ ਦੀ ਸਰਕਾਰ ਹੈ ਕੈਪਟਨ ਅਮਰਿੰਦਰ ਸਿੰਘ ਖਾਸ ਕਰਕੇ ਕੋਈ ਐਕਸ਼ਨ ਨਹੀਂ ਲੈਣਗੇ ਕਿਉਂਕਿ ਇਹ ਗੱਲ ਬੜੀ ਸਪਸ਼ਟ ਹੈ ਕਿ ਕੈਪਟਨ ਸਾਹਿਬ ਉਹੀ ਕਰਦੇ ਨੇ ਜੋ ਬੀਜੇਪੀ ਅਮਿਤ ਸ਼ਾਹ ਮੋਦੀ ਮਿਸਟਰ ਸਵੈਚ ਨੇ ਕਿਹਾ ਕੋਈ ਸ਼ਿਕਾਇਤ ਆਊਗੀ ਤਾਂ ਅਸੀਂ ਕਾਰਵਾਈ ਕਰ ਸਕਦੇ ਹਾਂ ਤੁਸੀਂ ਸ਼ਿਕਾਇਤ ਨਹੀਂ ਕਰ ਸਕਦੇ ਇਸ ਮੁੱਦੇ ਦੀ ਕਿ ਤੁਹਾਡੇ ਭਾਈਵਰ ਰਹੇ ਆ ਪੁਰਾਣੇ ਤੁਸੀਂ ਨਹੀਂ ਸ਼ਿਕਾਇਤ ਕਰਨਾ ਚਾਹੁੰਦੇ ਜਾਂ ਤੁਹਾਡੇ ਉਹ ਪੁਰਾਣੇ ਸਾਥੀ ਰਹੇ ਇਸ ਕਰਕੇ ਸ਼ਾਇਦ ਸ਼ਿਕਾਇਤ ਨਹੀਂ ਕਰਨਾ ਚਾਹੁੰਦੇ ਕਲੇਰ ਸਾਹਿਬ ਕਿ ਤੁਸੀਂ ਸ਼ਿਕਾਇਤ ਕਰ ਹੀ ਨਹੀਂ ਸਕਦੇ ਐਲੀਜੀਬਲ ਨਹੀਂ ਹੈਗੇ ਤੁਸੀਂ ਸ਼ਿਕਾਇਤ ਕਰਨ ਦੇ ਲਈ
केपी जी गल हैगी है कि मैं तो शिकायत असी भी कर देने शिकायत अगर अज स्वैत साहब थोड़े चैनल से एडमिट करते हैं कि शिकायत के उत्ते कार्रवाई ये परचा दर्ज करे तो मैं सवेरी शिकायत करा देना पर गल है कि सरकार हुण इहदी लोड है सरकार चाहती है कि कोई लिखती शिकायत आवे सरकार का मंशा साफ होंदी है बीजेपी नाल यारी निभाउण दी कि जी देखो असी थोड़े ते परचा करन नूं तैयार नहीं सी तो शिकायत आ गई तां कार्रवाई करनी पई ठीक है स्वैत साहब रिटन उरे स्टेटमेंट देण चैनल ते कबूल करन असी सवेरी शिकायत करा दिंदे स्वैत साहब तैयार हो अकाली दल शिकायत करन नूं तैयार बैठा है तुसीं तैयार हो परचा करन नूं जी हां जी हां हां दिओ कल शिकायत दिओ जी चलो परचा परचा ये मुड़के इंक्वायरी नहीं है कह देण कि परचा दर्ज करूगी जी सरकार क्योंकि इंक्वायरियां बहुत करदे ने दिओ शिकायत दिओ परचा करांगे दिओ शिकायत चलो ठीक है प्रसमनजीत सिंह हुण तिकर कार्रवाई क्यों नहीं की गई प्रसमनजीत सिंह मेरा सवाल है मेरा सवाल बीजेपी नाल भी है जिन्हां दी पार्टी उन्हां दे बयान नूं अफसोसजनक दसदी है नाल मेरा सवाल सरकार ते भी है जिन्हां ने हुण तक कोई एक्शन नहीं लिया प्रसमनजीत सिंह देखो ये बड़े अफसोस की गल आ कि चीज़ों सीधे ढंग ना समझण की जगह आपां सारे कन्फ्रंटेशनल वल सिचुएशन वल ले जा रहे हैं वो पंजाब पहला इहो जे बड़े भुगतने भुगत चुका बीजेपी नूं भी यह समझना चाहिए सानू किसी किस्म का पॉलिटिकल तौर पर उन्हों की आइडियालॉजी लग गया जो है वो उन्होंने रखने का अधिकार है असं कुछ नहीं कहें पर जिथे लोगों के हक हकूक का मूवमेंट का इंसाफ का किसानी बचाने का मजदूर के कानूनों की रक्षा करने का सवाल आ उ असी बिल्कुल जनता के नाल खड़े हाँ भावें वह बीजेपी हो कांग्रेस हो कोई भी पार्टी हो पर जिस ढंग सारे चीज़ को पोर्ट्रे किया गया थल्यों तालियां मार के इहदा मतलब तो यह है कि बीजेपी अंदरों बिल्कुल नहीं चाहती कि किसानों का कोई भी मसला शांतिपूर्वक हल हो छड़ दिओ जिहड़े इत्थे दे इन्हां दे दलाल साहब आ जे पी दलाल एग्रीकल्चर मिनिस्टर वो की कहिंदे आ इन्हां ने सारिया ने आपां बयान नूं डिस्कस भी कर ले आ कि वह भी किसानों अजे तक निंदते ही है कि ये क्यों आ हुण उन्हां दे प्रधान दा हरियाणे वाले दा आ गया अज बयान कि देखो जी ये साढ़े जिहड़े चीफ मिनिस्टर आ पंजाब वाले साढ़े वल धक्क रहे आ बंदियां नूं असीं अपनी जमीन ते जाने उस मसले का हल करन दी जगह कदी कोई इधर नूं करदा पॉलिटिक्स पंजाब दे विचों चीफ मिनिस्टर ने कहता हरियाणे च चले जाण जां दिल्ली नूं घेरन उन्होंने कहता तुसीं साढ़े को करदे आ तुसीं अपनी चीज़ नूं आप सांभो इस तरीके नाल मूवमेंट नूं डील किया जाता है ये तो उपरों उपरों जरूर लग रहा पार्टियां जिहड़ियां आ उन्हां नाल सिंपथी भी जाहर कर रही आ रही गल इहदे रैपरकशन वो वीडियो जिहड़ा भी देखूगा मैनू लगता कि आने वाले समय च तुसीं देखियो साढ़े पंजाब दे विच भी बथेरे मैं सिर फिरे शब्द नहीं वरतदा गर्म लहू वाले बंदे हैगे आ जिस तरह उन्हें चुनौती दित्ती है ये तो सिक्योरिटियां ते तरक्कियां लभदा फिरदा बंदा ये ठीक नहीं किया इन्हें ना पंजाब दे समाज लई ना पंजाब दी राजनीति लई ना मूवमेंट लई ते करना ही ठीक सी इहदे अपने भी हित च नहीं मैं तो सारिआं नूं बेनती करूंगा इहो जे गर्म माहौल दे विच आपां शांतिपूर्वक रहिए डेमोक्रेटिक जिहड़ी इक राज जिहड़ी भाषा हुंदी आ उहनूं वरतीए और जिहड़ी बड़े बड़े लफाजी चमची मारन लई मोदी जी दी इहदे तों गुरेज करिए कोई नहीं कोई इहदे करनी प्राइवेटली करो पब्लिकली मूवमेंट नूं निंद के तुसीं चमची मारोगे उहदा तुहानूं कोई बहुता फल मिलण वाला ठीक कुलदीप सिंह धारीवाल तुसीं पंजाब दे माहौल नूं सुहिरद चाहुंदे हो जां नहीं चाहुंदे जे तो सुहिरद नहीं चाहते इन्हें मतलब तुम मिस्टर कालो तो कोई कार्रवाई नहीं करना चाहते फिर उन्हों का बयान थोड़े लिए बहुत वधिया फिर चंगा एवं तुरो कुलदीप सिंह धारीवाल जे तुम उन्होंने कार्रवाई करोगे तो जेड़े पंजाब के लोगों का जिक्र प्रसमनजीत सिंह कह रहे हैं कि वह भड़क सकते हैं उन्होंने थोड़ी शांति मिलेगी कुलदीप सिंह धारीवाल देखो जिन्हां ने भड़कन वाले ने तो पहला साढ़े एम एल ए उदो कि बयान दिते सी देखो एम एल ए नूं कपड़े पाड़ते राजपुरे जिहड़ा छोटे छोटे बच्चों का बिजली पानी बंद रखिया वो जिहड़े भड़कन वाले जिहड़े अंसर है ना उन्होंने तो भड़क ही जाना पर जदों असी जिम्मेवारी नाल मैं तुहाडे चैनल ते गल कहना कि अफसोसजनक है इदां दे बयान नहीं देने चाहिए नहीं सर और जिहड़ा है इक मिनट कुलदीप सिंह धारीवाल अफसोसजनक तुसीं कह रहे हो उन्हां वल्लों कोई सफाई नहीं कोई माफ़ी नहीं पार्टी वल्लों कोई तुहाडा जिहड़ा बयान आ रस्मी तौर पर नहीं आया है कुलदीप सिंह धारीवाल क्यों नहीं आया हुण मैं बताना पार्टी दा केपी हुण मैं गल कर रहा तो यह जिम्मेवारी वाला बयान ही है हुण जे किसी ने निजी तौर पर देता वह निजी तौर पर उहदा आपदा बयान है पार्टी का बयान नहीं है नहीं कालो साहब पार्टी तौर पर बयान दिता पार्टी की मीटिंग च दिता सभा च दिता की गल करते नहीं
शब्द वापस ले रहा मैं कह रहा बयान खारिज कर रहे हो बयान खारिज नहीं कर रहे कुलदीप सिंह धालीवाल मैं आपके शब्द वापस ले रहा कुलदीप सिंह धालीवाल तुम बयान के नाल खड़े हो कुलदीप सिंह धालीवाल कुलदीप सिंह धालीवाल कैप्टन साहब बारे दस दो मैनू एक मिनट कुलदीप सिंह धालीवाल कैप्टन साहब मैं डिबेट कर चुके हैं वक्री एक घंटे की कुलदीप सिंह धालीवाल पार्टी जो ओहदा केड़ा हरिंदर सिंह कालू कोले मैं दसो धालीवाल साहब मिस्टर कालो कोले पार्टी चो ओहदा केड़ा देखो मैं कालो साहब दे ओहदे बारे नहीं जानदा चलो पता लगे कि उन्हें पहला हो आए तुसी पुछ लियो सर मैं ब्रेक ले रहे हैं फोन करके पुछ लियो उन्हां दा ओहदा की है कदों उन्हां नूं लाया गया सी कदों उन्हां नूं लाया गया जां उन्हां कोले ओहदा है या नहीं सर कन्फर्म कर दियो धालीवाल साहब ब्रेक ले रहे हैं ब्रेक फोन कर लियो वापस आ रहे हैं एक होर छोटा ब्रेक लवांगे किसानों नूं कुट्टण वाली सियासी मानसिकता दा असल मकसद की है इसे डिबेट कर रहे हैं वापस आ रहे हैं ये भारत रंगी ना मेरे दिमाग ने उसे बंदा बैठा है तो हम तय साढ़े मार मार के डांगा पर जेना नहीं मत करना इन्हें तो हाल यही है और फिर यही करना पड़ना आपको किसानों को कुट्टण वाली सियासी मानसिकता असल मकसद की है कुलदीप सिंह धालीवाल तुम पता करना चाहते हो कि नहीं जब पता है पर मैं तो स्पष्ट तौर पर गल दस चुके हैं कि ना पार्टी उन्होंने बयान नाल खड़ी है ना मैं खड़ा और मैं दस चुके हैं कि उन्होंने निजी बयान है और यह अफसोसजनक है नहीं देना चाहिए पार्टी कोई कार्रवाई करूगी उन्होंने या नहीं जरूर इस गल से मैं इस गल से थोड़ी जानकारी नहीं थोड़े दर्शकों की जानकारी नहीं दस देना चाहना मैं मानयोग अश्विनी शर्मा जी डिबेट से आने तो पहले एक चैनल से बोल सी उन्होंने गल की बकायदा इस पर सानू जांच करनी चाहिए और यह भी देखना चाहिए कि कोई कार्रवाई भी जरूर हो अच्छा रसमजीत सिंह उन्होंने कहा कि असी देख रहे हैं जांच करनी चाहिए है जांच जो होगी कार्रवाई होनी चाहिए कि नहीं होनी चाहिए दो दिन हो गए उन्होंने बयान आए नूं रसमजीत सिंह वेट कर रही है पार्टी मौका देना चाहिए पार्टी नूं रसमजीत सिंह मेरा ख्याल है कि चलो वेट कर दी तो कोई इनकुआरी की गल नहीं है रिकॉर्डड बयान आ जाके पर जिन्ना छेती ये कर लेंगे उन्ना चंगा रहूगा पंजाब की शांति रहू असी बिल्कुल सानू कोई हिंदू सिख माए जट दलित और कोई साढ़े मन च नहीं है असी बहुते लोग यहोजे हाँ जिहड़े इत्थे सिख संस्कारां नूं सूफियां दे संस्कारां नूं प्रणाए हुए हाँ साढ़े मन च ते भूरा भी कदी दूर सपने च भी नहीं आउंदा कि कौन कित्थे मंदिर जांदा जां मस्जिद जांदा जां गुरुद्वारे जांदा इह बार बार इहो जिहियां गल्लां जे याद करके कदी किसे नूं जानी तुसीं लाउणा क्रिटिसिज़म करो सानूं मैं ते बार बार कहिंदा पर जिस भाषा च जो कुछ बोलिया गया ਉਹ ਬੰਦੇ ਨੂੰ ਤੇ ਪਾਰਟੀ ਦੇ ਅੰਦਰ ਕੀ ਪਾਰਟੀ ਦਾ ਤੇ ਪੱਠਾ ਬਿਠਾਊਗਾ ਹੀ ਉਹ ਤੇ ਵੈਸੇ ਹੀ ਪੰਜਾਬੀ ਨਹੀਂ ਹੈਗਾ ਮੈਂ ਤੇ ਕਹਿੰਦਾ ਚੋ ਤੇ ਉਹ ਨਾਂ ਨੂੰ ਕਾਲੋ ਨੂੰ ਨਾਂ ਨੂੰ ਹੀ ਕਲੰਕਿਤ ਕੀਤਾ ਹੈ ਉਸ ਬੰਦੇ ਨੇ ਇਹ ਕਿ ਪੰਜਾਬ ਦੀ ਧਰਤੀ ਤੋਂ ਉਹਨੇ ਸਿੱਖੀ ਦੇ ਵਿੱਚ ਵੀ ਰਿਹਾ ਸਿੱਖ ਸਟੂਡੈਂਟ ਫੈਡਰੇਸ਼ਨ ਚ ਰਿਹਾ ਕੀ ਸਿੱਖਿਆ ਸਿੱਖੀ ਦਾ ਉਹਨੇ ਇਹ ਕੁਛ ਸਿਖਾਇਆ ਅਸੀਂ ਤੇ ਕੁਛ ਸਿੱਖੀ ਦੇ ਵਿੱਚ ਉਹਨੇ ਐਕਟਿਵ ਨਹੀਂ ਰਹੇ ਪਰ ਫਿਰ ਵੀ ਅਸੀਂ ਉਹਨਾਂ ਨਾਲੋਂ ਜ਼ਿਆਦਾ ਉਹਨਾਂ ਸੰਸਕਾਰਾਂ ਨੂੰ ਮੰਨ ਕੇ ਚੱਲਦੇ ਹਾਂ ਬੜੀ ਮਾੜੀ ਗੱਲ ਆ ਤੁਸੀਂ ਉਹਨਾਂ ਦੇ ਉੱਤੇ ਡਿਸਹੋਨ ਕਰੋ ਆ ਹੁਣੇ ਟੀਵੀ ਦੇ ਉੱਤੇ ਧਾਲੀਵਾਲ ਜੀ ਕਹਿ ਦਿਓ ਅਸੀਂ ਇਹੋ ਜਿਹੇ ਬੰਦਿਆਂ ਨੂੰ ਬਿਆਨ ਨੂੰ ਨਹੀਂ ਖਾਰਜ ਕਰਦੇ ਇਹੋ ਜਿਹੇ ਬੰਦਿਆਂ ਨੂੰ ਅਸੀਂ ਪਾਰਟੀ ਦੇ ਵਿੱਚ ਐਕਸ਼ਨ ਲਵਾਂਗੇ ਔਰ ਛੇਤੀ ਲਵਾਂਗੇ ਤਾਂ ਕਿ ਪੰਜਾਬ ਦੀ ਸ਼ਾਂਤੀ ਨੂੰ ਬਚਾਇਆ ਜਾ ਸਕੇ ਧਾਲੀਵਾਲ ਸਾਹਿਬ ਡਿਸਹੋਨ ਕਰਦੇ ਹੋ ਤੁਸੀਂ ਪ੍ਰੈਸਾ ਮਜੀਦ ਸਿੰਘ ਸਲਾਹ ਦੇ ਰਿਹਾ ਤੁਹਾਨੂੰ ਮੈਂ ਪ੍ਰੈਸਾ ਦਾ ਬਹੁਤ ਸਤਿਕਾਰ ਕਰਦਾ ਹਾਂ ਔਰ ਬਿਲਕੁਲ ਜਿਹੜੀ ਗੱਲ ਪ੍ਰੈਸਾ ਸਾਹਿਬ ਨੇ ਕਹੀ ਮੈਂ ਪਹਿਲਾਂ ਹੀ ਰੱਖ ਦਿੱਤੀ ਕਿ ਪਾਰਟੀ ਵੀ ਉਹਨਾਂ ਦੇ ਬਿਆਨ ਨੂੰ ਔਰ ਮੈਂ ਵੀ ਬਿਲਕੁਲ ਅਸੀਂ ਉਹਨੂੰ ਡਿਸਹੋਨ ਕਰਦੇ ਉਹਨਾਂ ਦੇ ਬਿਆਨ ਨੂੰ ਔਰ ਅਫਸੋਸਜਨਕ ਹੈ ਅਰਸ਼ਦ ਸਿੰਘ ਕਲੀਅਰ ਪਾਰਟੀ ਹੁਣ ਮੰਨਦੀ ਪਈ ਹੈ ਡਿਸਹੋਨ ਕਰਦੇ ਪਏ ਹਾਂ ਅਸੀਂ ਇਸ ਤੇ ਸੰਤੁਸ਼ਟ ਹੋ ਤੁਸੀਂ ਨਹੀਂ ਮੈਂ ਤਾਂ ਨਹੀਂ ਮੰਨ ਸਕਦਾ ਜੀ ਕਿ ਧਾਲੀਵਾਲ ਸਾਹਿਬ ਦੇ ਕਹੇ ਤੇ ਉਹ ਪਾਰਟੀ ਚੋਂ ਡਿਸਹੋਨ ਹੋ ਜਾਣਗੇ ਪਾਰਟੀ ਦੇ
ਕਿਸੇ ਜਿਹੜਾ ਪੰਜਾਬ ਦਾ ਇੰਚਾਰਜ ਹੈ ਜਾਂ ਉਸ ਲੈਵਲ ਦਾ ਕੋਈ ਬੰਦਾ ਪੰਜਾਬ ਦਾ ਪ੍ਰਧਾਨ ਉਹਨਾਂ ਨੂੰ ਕਰੇ ਜਾਂ ਕੋਈ ਨੈਸ਼ਨਲ ਕਨਵੀਨਰ ਉੱਥੋਂ ਕਰੇ ਤੋ ਧਾਲੀਵਾਲ ਸਾਹਿਬ ਤਾਂ ਇੱਕ ਤੁਹਾਡਾ ਮੈਂ ਦੱਸ ਦੇਣਾ ਕਿ ਧਾਲੀਵਾਲ ਸਾਹਿਬ ਇਸ ਟਾਈਮ ਉਹ ਡਿਬੇਟ ਚੋਂ ਜਾਨ ਛੁਡਾ ਰਹੇ ਨੇ ਔਰ ਉਹ ਵੀ ਇਹ ਭਰੇ ਮਨ ਨਾਲ ਕਹਿ ਰਹੇ ਨੇ ਇੱਕ ਹੱਲ ਤੱਕ ਨਹੀਂ ਤਾਂ ਕਹਿੰਦੇ ਸੀ ਪਬਲਿਕ ਓਪੀਨੀਅਨ ਹੋਰ ਹੈ ਮੈਂ ਫਿਰ ਧਾਲੀਵਾਲ ਸਾਹਿਬ ਨੂੰ ਕਹੂੰਗਾ ਕਿ ਧਾਲੀਵਾਲ ਸਾਹਿਬ ਆਪਣੇ ਲੀਡਰਾਂ ਦੀ ਜ਼ੁਬਾਨਾਂ ਤੇ ਲਗਾਮ ਲਗਾਓ ਨਹੀਂ ਇਹ ਜਿਹੜਾ ਮਸਲਾ ਪੰਜਾਬ ਦੇ ਵਿੱਚ ਅੱਜ ਖੜਾ ਹੋ ਗਿਆ ਇਹ ਪਾੜਾ ਬੀਜੇਪੀ ਬੰਦ ਕਰੇ ਨਹੀਂ ਇਹਦਾ ਖਮਿਆਜ਼ਾ ਕੱਲਾ ਤੁਹਾਨੂੰ ਨਹੀਂ ਇਹ ਸਮੂਹ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਭੁਗਤਣਾ ਪਊਗਾ ਇਹਦਾ ਤੁਹਾਨੂੰ ਕੋਈ 2022 ਦੀ ਪਲਾਨਿੰਗ ਤਾਂ ਨਹੀਂ ਲੱਗਦੀ ਇਹਨਾਂ ਬਿਆਨਾਂ ਪਿੱਛੇ ਮਿਸਟਰ ਕਲੇਰ ਅਕਾਲੀ ਦਲ ਨੂੰ ਕੀ ਲੱਗਦਾ ਅਸੀਂ ਤਾਂ ਬੜੇ ਸਪਸ਼ਟ ਹਾਂ ਇਸ ਦਾ ਸਿੱਧਾ ਇਲਜ਼ਾਮ ਲਾਉਂਦੇ ਹਾਂ ਕਿ ਸੂਬੇ ਦੀ ਅਮਨ ਸ਼ਾਂਤੀ ਭੰਗ ਕਰਕੇ ਇਹਨੂੰ ਰਾਸ਼ਟਰਪਤੀ ਰਾਜ ਦੇ ਥਰੂ ਸੂਬੇ ਦੀ ਸੱਤਾ ਆਪਣੇ ਹੱਥ ਲੈਣਾ ਚਾਹੁੰਦੇ ਬੀਜੇਪੀ ਔਰ ਇਹ ਮਾਹੌਲ ਖਰਾਬ ਕਰਨ ਦੇ ਵਿੱਚ ਇਹ ਮੋਰੀ ਹੋਏ ਨੇ ਅੱਜ ਅਫਸੋਸ ਹੈ ਕਿ ਕੈਪਟਨ ਸਾਹਿਬ ਵੀ ਉਸੇ ਰਾਹ ਤੇ ਤੁਰੇ ਨੇ ਜਿਹੜੇ ਕਹਿੰਦੇ ਨੇ ਕਿ ਕਿਸਾਨਾਂ ਨਾਲ ਪੰਜਾਬ ਨੂੰ ਆਰਥਿਕ ਨੁਕਸਾਨ ਹੋ ਰਿਹਾ ਸਰਜੀਤ ਸਿੰਘ ਸਵੈਚ ਇੱਕ ਮਿੰਟ ਆ ਰਿਹਾ ਕੁਲਦੀਪ ਧਾਲੀਵਾਲ ਇੱਕ ਮਿੰਟ ਆ ਰਿਹਾ ਕੁਲਦੀਪ ਧਾਲੀਵਾਲ ਸਰਜੀਤ ਸਿੰਘ ਸਵੈਚ ਕੀ ਇੱਕ ਮਿੰਟ ਪਲੀਜ਼ ਆ ਰਿਹਾ ਸਰਜੀਤ ਸਿੰਘ ਸਵੈਚ ਕਿ ਪੰਜਾਬੀ ਇੰਨੇ ਕਮਜ਼ੋਰ ਹੈ ਕਿ ਇਹੋ ਜਿਹੇ ਬਿਆਨਾਂ ਤੋਂ ਭੜਕ ਜਾਣਗੇ ਸਰਜੀਤ ਸਿੰਘ ਸਵੈਚ ਨਹੀਂ ਕਮਜ਼ੋਰ ਨਹੀਂ ਹੈਗੇ ਜੀ ਬਿਲਕੁਲ ਕਮਜ਼ੋਰ ਨਹੀਂ ਹੈਗੇ ਪਰ ਦੁੱਖ ਦੀ ਗੱਲ ਇਹ ਹੈਗੀ ਹੈ ਜਿਹੜੇ ਬੰਦੇ ਨੇ ਗੱਲਾਂ ਕੀਤੀਆਂ ਨੇ ਉਹ ਕੋਈ ਦੇਖੋ ਕਿਤਾ ਹੁੰਦਾ ਨਾ ਕਿ ਜਵਾਨ ਬੰਦਾ ਕੋਈ ਜਿਹੜਾ ਘੱਟ ਪੜ੍ਹਿਆ ਲਿਖਿਆ ਹੋਵੇ ਪਤਾ ਨਾ ਹੋਵੇ ਗੁੱਸੇ 'ਚ ਆ ਕੇ ਗੱਲ ਕਰਤੀ ਭਾਵ ਉਹ ਗੱਲ ਕਰਤੀ ਉਹਦਾ ਗੱਲਾਂ ਤੋਂ ਜਾਂ ਉਹਦੀ ਹਿਸਟਰੀ ਤੋਂ ਜਿਵੇਂ ਦੱਸਿਆ ਪ੍ਰਸ ਸਾਹਿਬ ਨੇ ਵੀ ਉਹ ਬੜਾ ਪੜ੍ਹਿਆ ਲਿਖਿਆ ਬੰਦਾ ਪੁਰਾਣਾ ਹੈਗਾ ਮਚੋਰ ਹੈਗਾ ਕਿੰਨਿਆਂ ਕੁਝ ਦੇਖਿਆ ਉਹਨੇ ਉਸ ਤੋਂ ਲੱਗਦਾ ਵੀ ਇਹ ਕੋਈ ਉਹਨੇ ਕੋਈ ਅਚਨਚੇਤ ਗੱਲ ਨਹੀਂ ਕੀਤੀ ਹੈਗੀ ਇਹ ਕੋਈ ਸੋਚੀ ਸਮਝੀ ਇੱਕ ਸਾਜਿਸ਼ ਤਹਿਤ ਗੱਲਾਂ ਜਿਹੜੀ ਹੈਗੀਆਂ ਬੀਜੇਪੀ ਦੀ ਲਾਈਨ ਨੂੰ ਟੋ ਕਰਕੇ ਕੀਤੀਆਂ ਗਈਆਂ ਨੇ ਜਿਹੜੀ ਜ਼ਿਆਦਾ ਖਤਰਨਾਕ ਹੈਗੀ ਠੀਕ ਆ ਰਿਹਾ ਪ੍ਰਸ਼ਨ ਜੀ ਜੀ ਸੋ ਇਸ ਕਰਕੇ ਬੜਾ ਸੀਰੀਅਸ ਹੈ ਮੈਨੂੰ ਲੱਗਦਾ ਕਿ ਉਹ ਮਾਫੀ ਮੂਫੀ ਨਹੀਂ ਮੰਗਣ ਗਏ ਉਹ ਸੋ ਕੋਈ ਗੱਲ ਨੂੰ ਹੋਰ ਕੋਈ ਨਵਾਂ ਇਦਾਂ ਦਾ ਬਿਆਨ ਕੋਈ ਆ ਸਕਦਾ ਹੈ ਠੀਕ ਕਲਦੀਪ ਧਾਲੀਵਾਲ ਬੋਲੋ ਮੈਂ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਇੱਕ ਗੱਲ ਰੱਖਣੀ ਚਾਹੁੰਦਾ ਬਹੁਤ ਜ਼ਰੂਰੀ ਜਿਹੜੀ ਸਰਦਾਰ ਹਰਜੀਤ ਸਿੰਘ ਕਲੇਰ ਨੇ ਕਹੀ ਹੈ ਕਿ ਉਹ ਜਿਹੜਾ ਉਹ ਕਹਿੰਦੇ ਕਿ ਕੁਲਦੀਪ ਸਿੰਘ ਧਾਲੀਵਾਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਉਸ ਬਿਆਨ ਨੂੰ ਡਿਸਹੋਨ ਕਰਦਾ ਮੈਂ ਉਹਨੂੰ ਨਹੀਂ ਸਾਡੀ ਪਾਰਟੀ ਵੀ ਕਰਦੀ ਦੂਜੀ ਗੱਲ ਨਾਲ ਹੀ ਸਵਾਲ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਬਿਆਨ ਨੂੰ ਡਿਸਹੋਨ ਕਰਦੇ ਹੋ ਜਿਹੜਾ ਉਹਨਾਂ ਨੇ ਦਿੱਤਾ ਸੀ ਉਹਨੂੰ ਅਫਸੋਸਜਨਕ ਕਹਿੰਦੇ ਹੋ ਕਿਹੜਾ ਬਿਆਨ ਕਲਦੀਪ ਬਿਆਨ ਦੀ ਗੱਲ ਕਰਦੇ ਹੋ ਧਾਲੀਵਾਲ ਸਾਹਿਬ ਪਤਾ ਲੱਗਦਾ ਕਿ ਬੀਜੇਪੀ ਕਾਂਗਰਸ ਦੇ ਵਿੱਚ ਕਿੰਨੀ ਰਜ ਮਿਚ ਗਈ ਹੈ ਤੁਸੀਂ ਕਾਂਗਰਸ ਦੀ ਅਫੀਸ਼ੀਅਲ ਵੈਬਸਾਈਟ ਤੋਂ ਇੱਕ ਮੋਰਫ ਵੀਡੀਓ ਚੱਕ ਕੇ ਉਹਦੇ ਤੇ ਬਿਆਨ ਦੇ ਰਹੇ ਹੋ ਉਹ ਸਪੈਸ਼ਲ ਤੌਰ ਤੇ ਪੂਰਾ ਬਿਆਨ ਸੁਣ ਲਿਓ ਮੈਂ ਭੇਜ ਦੂੰਗਾ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਕਿਸਾਨੀ ਝੰਡੇ ਨੂੰ ਬਦਨਾਮ ਕਰ ਰਹੇ ਨੇ ਉਹਨਾਂ ਨੂੰ ਕਿਹਾ ਸੀ ਕਿ ਮੈਂ ਸ਼ਰਨ ਦਾ ਠੀਕ ਨਹੀਂ ਉਹ ਤੁਸੀਂ ਕਿਰਪਾ ਕਰਕੇ ਕਾਂਗਰਸ ਦੀ ਵੈਬਸਾਈਟ ਦੇਖਣੀ ਬੰਦ ਕਰੋ ਆਪਣੇ ਕੰਮ ਤੇ ਫੋਕਸ ਕਰੋ ਠੀਕ ਹੈ ਕਲੇਸ਼ ਕੁਲਦੀਪ ਧਾਲੀਵਾਲ ਤੁਸੀਂ ਕਾਂਗਰਸ ਦੀ ਗੱਲ ਕਰਕੇ ਅਕਾਲੀ ਦਲ ਦੀ ਗੱਲ ਕਰਕੇ ਇਸ ਬਿਆਨ ਨੂੰ ਜਸਟੀਫਿਕੇਸ਼ਨ ਵੱਲ ਕਈ ਵਾਰੀ ਲਿਜਾ ਚੁੱਕੇ ਹੋ ਕੁਲਦੀਪ ਸਿੰਘ ਧਾਲੀਵਾਲ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਉਹਨਾਂ ਨੇ ਕਿਹਾ ਕਿ ਇਹ ਤਾਂ ਮੋਦੀ ਸਾਹਿਬ ਬੈਠੇ ਨੇ ਉੱਥੇ ਜਿਹੜੇ ਤੁਹਾਡੇ ਨਾਲ ਪਿਆਰ ਕਰੀ ਜਾਂਦੇ ਨੇ ਮੋਦੀ ਸਾਹਿਬ ਕਿਸਾਨਾਂ ਨਾਲ ਪਿਆਰ ਕਰਦੇ ਆ ਕੁਲਦੀਪ ਧਾਲੀਵਾਲ ਬਿਲਕੁਲ ਕਰਦੇ ਆ ਮੋਦੀ ਸਾਹਿਬ ਪੰਜਾਬ ਦੇ ਕਿਸਾਨਾਂ ਨੂੰ ਪਿਆਰ ਕਰਦੇ ਆ ਸਾਰੇ ਦੇਸ਼ ਦੇ ਕਿਸਾਨਾਂ ਨੂੰ ਪਿਆਰ ਕਰਦੇ ਤਾਂ ਹੀ ਕਿਸਾਨ ਸਨਮਾਨ ਨਿਧੀ ਆ ਰਹੀ ਹੈ ਜੇ ਸਾਰੇ ਇੱਕ ਸਵਾਲ ਹੋਰ ਕੁਲਦੀਪ ਧਾਲੀਵਾਲ ਕੁਲਦੀਪ ਧਾਲੀਵਾਲ ਜੇ ਮੋਦੀ ਸਾਹਿਬ ਕਿਸਾਨਾਂ ਨਾਲ ਪਿਆਰ ਕਰਦੇ 22 ਜਨਵਰੀ ਤੋਂ ਬਾਅਦ ਕਿਸਾਨਾਂ ਨਾਲ ਕੋਈ ਗੱਲਬਾਤ ਕਿਉਂ ਨਹੀਂ ਕੀਤੀ ਜੇ ਮੋਦੀ ਸਾਹਿਬ ਕਿਸਾਨਾਂ ਨਾਲ ਪਿਆਰ ਕਰਦੇ ਆ ਤਾਂ ਜਿਹੜੀ ਕਿਸਾਨਾਂ ਨੇ ਚਿੱਠੀ ਲਿਖੀ ਸੀ ਉਹਦਾ ਜਵਾਬ ਕਿਉਂ ਨਹੀਂ ਦਿੱਤਾ ਕੁਲਦੀਪ ਧਾਲੀਵਾਲ ਦੇਖੋ ਉਹਦਾ ਜਵਾਬ ਬਿਲਕੁਲ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਚੁੱਕੇ ਆ ਕਿ ਅਸੀਂ ਕਾਨੂੰਨ ਵਾਪਸੀ ਤੋਂ ਬਿਨਾਂ ਸਾਰੇ ਮਤਾਂ ਤੇ ਗੱਲ ਕਰਨ ਨੂੰ ਤਿਆਰ ਹੈ ਚਲੋ ਜਿਹੜੀ ਗੇਂਦ ਕਿਸਾਨ ਜਥੇਬੰਦੀਆਂ ਦੇ ਪਾਲੇ 'ਚ ਹੈ ਜਦੋਂ ਮਰਜ਼ੀ ਆਉਣ ਜੇ ਕੁਲਦੀਪ ਧਾਲੀਵਾਲ ਜੇ ਕਿਸਾਨ ਨਹੀਂ ਮੰਨਣਗੇ ਫਿਰ ਡਾਂਗਾ ਮਾਰਾਂਗੇ ਨਾ ਬਿਲਕੁਲ ਇਹ ਦੇਖੋ ਡਾਂਗਾ ਵਾਲੀ ਗੱਲ ਮੈਂ ਤੁਹਾਨੂੰ ਦੱਸਦਾ ਤੁਸੀਂ 26 ਜਨਵਰੀ ਦੇ ਉੱਤੇ ਵੇਖਿਆ ਕਿ ਕਿਸੇ ਦੇ ਡਾਂਗ ਤੱਕ ਨਹੀਂ ਕੁਛ ਨਹੀਂ ਹੋਇਆ ਐ ਕਿਵੇਂ ਡਾਂਗ ਜਿਹੜਾ ਇੰਨਾ ਚਿਰ ਲੰਮਾ ਸਮਾਂ ਚੱਲਿਆ ਧਰਨਾ ਉਹ ਕੇਂਦਰ ਸਰਕਾਰ ਦੇ ਜਿਹੜਾ ਉਹਨਾਂ ਦਾ ਵਤੀਰਾ ਹੈ ਉਹ ਦਰਸਾਉਂਦਾ ਹੈ ਠੀਕ ਤੇ ਅੱਜ ਤੱਕ ਤੁਸੀਂ ਆਪਾਂ 75 ਸਾਲਾਂ 'ਚ ਵੇਖਿਆ ਗੋਲੀਆਂ ਚੱਲੀਆਂ ਧਰਨਾ ਕਰੀਆਂ ਤੇ ਜਾਂ ਕਾਂਗਰਸ ਦੇ ਰਾਜ 'ਚ ਇਹਨਾਂ ਨੇ ਗੋਲੀਆਂ ਮਾਰ ਮਾਰ ਬੰਦੇ ਭਜਾਏ ਹੈ ਚਲੋ ਇਸ ਤਰ੍ਹਾਂ ਦਾ ਕਿੱਥੇ ਇਲਜ਼ਾਮ ਲਾ ਸਕਦੇ ਠੀਕ ਹੈ ਤੁਸੀਂ ਕਿੱਲਾਂ ਠੋਕੀਆਂ ਉੱਥੇ ਬਾਰਡਰ ਤੇ ਉਹ ਤੁਹਾਨੂੰ ਭੁੱਲ ਗਿਆ
ਉੱਥੇ 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 ਜਿਹੜਾ ਕਟਾ ਉੱਥੇ 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 ਉਹ ਕਿੰਨਾ ਕੁਝ ਹੋਇਆ ਭੁੱਲ ਗਿਆ ਤੁਹਾਨੂੰ 600 ਕਿਸਾਨਾਂ ਦੀ ਸ਼ਹਾਦਤਾਂ ਤੁਹਾਨੂੰ ਭੁੱਲ ਗਈਆਂ। ਪਰ ਸਮਝੀ ਸਿੰਘ ਲਾਸਟ ਕਮੈਂਟ ਸਰ ਤੁਹਾਡਾ। ਮੈਂ ਤੇ ਬਿਲਕੁਲ ਇਹੋ ਕਹਿੰਦਾ ਆ ਕਿ ਤੁਸੀਂ ਕਹਿੰਦੇ ਆ ਕਿਸਾਨਾਂ ਨੂੰ ਪਿਆਰ, ਕਿਸਾਨਾਂ ਦੇ ਪਿਆਰ ਦੀ ਤਾਂ ਬੜੀ ਦੂਰ ਦੀ ਗੱਲ ਹੈਗੀ ਹੈ। ਉਹ ਸਵਾਏ ਆਪਣੀ ਕੁਰਸੀ ਦੀ, ਪ੍ਰਧਾਨ ਮੰਤਰੀ ਦੀ ਕੁਰਸੀ ਦਾ ਪਿਆਰ ਤੇ ਅਡਾਨੀ ਅਬਾਨੀ ਤੇ ਉਹਨਾਂ ਦੇ ਪੁੱਤ ਪੋਤਰਿਆਂ ਦੀ ਜਿਹੜੀ ਵਧਾਈ ਦੇਣ ਦਾ ਖਿਆਲ, ਬਸ ਉਹੋ ਹੀ ਉਹਨਾਂ ਨੂੰ ਲੱਗਦਾ ਸਾਰਾ, ਉਹੋ ਹੀ ਉਹਨਾਂ ਦੀ ਦੁਨੀਆ ਆ। ਆਮ ਜਨਤਾ ਜਨਰਦਨ ਉਹਨਾਂ ਨੂੰ ਵੋਟਾਂ ਤੱਕ ਸੀਮਿਤ ਹੈਗੇ ਆ, ਉਦੋਂ ਵੱਧ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਰਹੀ ਗੱਲ ਇਸ ਬੰਦੇ ਦੀ ਹਰਿੰਦਰ ਸਿੰਘ ਕਾਹਲੋਂ ਦੀ, ਇਹ ਬਿਲਕੁਲ ਮੈਂ ਕਹਿੰਦਾ ਪੰਜਾਬੀਅਤ ਨੂੰ ਪਰਨਾਇਆ ਹੋਇਆ ਬੰਦਾ ਨਹੀਂ। ਜਿਵੇਂ ਅੰਗਰੇਜ਼ਾਂ ਵੇਲੇ ਟੋਡੀ ਹੁੰਦੇ ਸੀਗੇ ਜਾਂ ਪਹਾੜਾ ਸਿੰਘ ਸੀ ਜਿਹਨੇ ਜਾ ਕੇ ਤੇ ਅੰਤ ਨੂੰ ਜਾ ਕੇ ਅੰਗਰੇਜ਼ਾਂ ਨਾਲ ਰਲ ਗਿਆ, ਇਹ ਸਾਡੇ ਵਿੱਚੋਂ ਪੈਦਾ ਹੋਏ ਹੋਏ ਆ। ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ, ਅਸੀਂ ਕਿਸੇ ਨੂੰ ਅਸੀਂ ਕੋਈ ਭੜਕਾਊ ਬਿਆਨ ਨਹੀਂ ਦੇਣਾ ਚਾਹੁੰਦੇ, ਪਰ ਸਾਡੀ ਰਿਕੁਐਸਟ ਆ ਕਿ ਤੁਸੀਂ ਇੰਨੀ ਵੀ ਧਰੋ ਨਾ ਪੰਜਾਬ ਨਾਲ ਕਮਾਓ। ਪੰਜਾਬ ਦਾ ਬੜਾ ਗੌਰਵਮਈ ਸ਼ਾਨਾਮਤੀ ਇਤਿਹਾਸ ਆ, ਤੁਸੀਂ ਇੰਨੀ ਚਮਚੀ ਮਾਰ ਕੇ ਸਾਡੇ ਸਾਰਿਆਂ ਦਾ ਇੰਨਾ ਸਿਰ ਨੀਵਾਂ ਕਰ ਦਿੰਦੇ ਆ। ਤੁਸੀਂ ਸਿੱਧੇ ਤੌਰ ਤੇ ਕਹਿ ਦਿਓ ਜੋ ਚਾਹੀਦਾ ਅਸੀਂ ਤੁਹਾਨੂੰ ਦੇ ਦਿੰਦੇ ਹਾਂ, ਤੁਹਾਨੂੰ ਕੁਰਸੀ ਚਾਹੀਦੀ ਅਸੀਂ ਕੁਰਸੀ ਦੇ ਦਿੰਦੇ, ਪੈਸਾ ਚਾਹੀਦਾ ਪੈਸਾ ਇਕੱਠਾ ਕਰਕੇ ਮੈਂ ਦਊਂਗਾ ਤੁਹਾਨੂੰ, ਮੈਂ ਇੱਥੇ ਜ਼ਿੰਮੇਵਾਰੀ ਲੈਣਾ। ਪਰ ਇੰਨਾ ਤੁਸੀਂ ਥੱਲੇ ਪੈ ਕੇ ਔਰ ਇੰਨਾ ਝੂਠ ਬੋਲ ਕੇ, ਜਿਹੜਾ ਕਿ ਬੀਜੇਪੀ ਨੂੰ ਵੀ ਡਿਫੈਂਡ ਕਰਨਾ ਔਖਾ ਹੋਇਆ ਉਹਨਾਂ ਦੇ ਸਪੋਕਸਮੈਨ ਨੂੰ, ਤੁਸੀਂ ਪੰਜਾਬੀਅਤ ਦੇ ਪੱਗ ਨੂੰ ਦਾਗ ਪਲੀਜ਼ ਨਾ ਲਾਓ। ਠੀਕ, ਬਹੁਤ ਧੰਨਵਾਦ ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ, ਅਸ਼ਵਨੀ ਸਿੰਘ ਕਲੇ ਤੁਹਾਡਾ ਬਹੁਤ ਧੰਨਵਾਦ, ਸੁਰਜੀਤ ਸਿੰਘ ਸਵਾਇ ਤੁਹਾਡਾ ਬਹੁਤ ਧੰਨਵਾਦ ਅਤੇ ਕੁਲਦੀਪ ਸਿੰਘ ਧਾਲੀਵਾਲ ਤੁਹਾਡਾ ਬਹੁਤ ਧੰਨਵਾਦ। ਪ੍ਰੋਫੈਸਰ ਮਨਜੀਤ ਸਿੰਘ ਨੇ ਬਹੁਤ ਵੱਡੇ ਸਵਾਲ ਵੀ ਚੁੱਕੇ ਆ ਅਤੇ ਗੰਭੀਰ ਗੱਲਾਂ ਵੀ ਕੀਤੀਆਂ ਨੇ। ਇਸ ਦੇ ਵਿਚਾਲੇ ਇੱਕ ਚੀਜ਼ ਸਮਝ ਆਉਂਦੀ ਹੈ ਕਿ ਭਰਾ ਮਾਰੂ ਜੰਗ ਵੱਲ ਕਦਮ ਤਾਂ ਨਹੀਂ ਵਧਾਏ ਜਾ ਰਹੇ, ਉਸ ਸਾਨੂੰ ਸਭ ਨੂੰ ਬਚਣ ਦੀ ਜ਼ਰੂਰਤ ਹੈਗੀ ਹੈ। ਤੁਸੀਂ ਬਹੁਤ ਸਿਆਣੇ ਹੋ, ਤੁਹਾਡੇ ਕਿਰਦਾਰ 'ਤੇ ਕਦੇ ਕਿਸੇ ਨੂੰ ਸ਼ੱਕ ਨਹੀਂ ਰਿਹਾ, ਤੁਸੀਂ ਅਣਖ ਵਾਲੇ ਹੋ, ਤੁਸੀਂ ਇਹੋ ਜਿਹੇ ਬਿਆਨਾਂ ਨੂੰ ਅਹਿਮੀਅਤ ਨਹੀਂ ਦਿਓਗੇ। ਪਰ ਇਸ ਬਿਆਨ ਦੇ ਪਿੱਛੇ ਅਸਲ ਮਕਸਦ ਕੀ ਹੈਗਾ, ਉਸ ਨੂੰ ਸਮਝਣ ਦੀ, ਉਸ ਨੂੰ ਵਾਚਣ ਦੀ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਤੁਸੀਂ ਵੀ ਕੋਸ਼ਿਸ਼ਾਂ ਕਰੋ। ਪਰ ਜਿਹੜੇ ਬਿਆਨ ਦਿੱਤੇ ਗਏ ਆ, ਇਹ ਗੱਲ ਯਾਦ ਰੱਖਿਓ, ਤੁਹਾਡੇ 'ਚ ਫੁੱਟ ਪਾਉਣ ਲਈ ਇਹ ਬਿਆਨ ਦਿੱਤੇ ਗਏ ਆ। ਜੇ ਤੁਸੀਂ ਇਹ ਨਹੀਂ ਯਾਦ ਰੱਖੋਗੇ, ਫਿਰ ਇਹ ਬਿਆਨ ਵੀ ਕਾਮਯਾਬ ਹੋ ਜਾਣਗੇ, ਫਿਰ ਅਫਸੋਸ ਪ੍ਰਗਟ ਕਰਕੇ ਪਾਰਟੀਆਂ ਵੀ ਪੱਲਾ ਛੁੜਾ ਜਾਣਗੀਆਂ। ਬਹੁਤ ਧੰਨਵਾਦ।